उस परमात्मा सावन कृपाल दे चरणा विच नमस्कार है जिन्हां ते कलयुग दे विच साडे उत्ते बड़ी पारी रहमत कीती, दया कीती, जे सानूं इह पता लग जावे कि असीं रूहानियत दे अंदर कितने दिवालियापन ते आए बैठे हैं, फिर ही असीं मन अंदर गुरु दा प्यार, गुरु दा इशक भर सकते हैं कि सानू किस तरह उसने वो दौलत दिती जो असी खेतां विच उगा नहीं सकते, किसी भी अच्छे बणज ना, व्यापार ना, पैसे दे जोर ते असी उस नू खरीद नहीं सकते, ये सिर्फ दया ही सी। उस परमात्मा कृपा लगे सदा ही बचपन तो मेरी अरदास रही, हालांकि मैं ਉਹਨੂੰ ਦੇਖਿਆ ਨਹੀਂ ਸੀ, ਮੈਂ ਉਹਦੀ ਮਹਿਮਾ ਨਹੀਂ ਸੁਣੀ ਸੀ, ਕੋਈ ਮੈਨੂੰ ਉਹਦੀ ਨਿੰਦਿਆ ਕਰਨ ਵਾਲਾ ਵੀ ਨਹੀਂ ਮਿਲਿਆ ਸੀਗਾ, ਪਰ ਫਿਰ ਵੀ ਸਾਨੂੰ ਪਤਾ ਹੈ ਕਿ ਇਨਸਾਨ ਸੀ ਪਿਆਰ ਹੁੰਦਾ ਹੈ, ਜਿਸ ਚੀਜ਼ ਦੀ ਖੋਜ ਹੋਵੇ, ਜਿਸ ਚੀਜ਼ ਦੀ ਭਾਲ ਹੋਵੇ, ਬਚਪਨੇ ਤੋਂ ਹੀ ਦਿਲ ਦੇ ਅੰਦਰ ਖੁਟਕਦਾ ਰਹਿੰਦਾ ਹੈ। ਸਦਾ ਐਸੇ ਸੀ ਕਿ ਹੇ ਪਰਮਾਤਮਾ, ਹੇ ਪ੍ਰਭੂ, ਕਿਰਪਾ ਕਰਨ ਵਾਲਿਆ, ਮੈਂ ਇੱਕ ਬੇਸਹਾਰਾ ਅਬੋਧ ਬਾਲਕ ਹੈ ਤੇਰਾ, ਮੈਂ ਤੇਰੇ ਦਰ ਤੇ ਤੇਰੇ ਚਰਨਾਂ ਵਿੱਚ ਪੁਕਾਰ ਕਰਦਾ ਹੈ, ਤੂੰ ਮੇਰੀ ਉਂਗਲੀ ਪਕੜ, ਅਗਰ ਤੂੰ ਮੈਨੂੰ ਆਪਦੇ ਦਰ ਦੇ ਉੱਤੇ ਠੁਕਰਾ ਦਿੱਤਾ, ਮੇਰੇ ਵਾਸਤੇ ਕਿਹੜਾ ਟਿਕਾਣਾ ਹੈ। ਮੈਂ ਸੁਣਿਆ ਹੈ ਕਿ ਤੂੰ ਦੀਨਾਂ 'ਤੇ ਦਇਆ ਕਰਦਾ ਹੈ, ਤੂੰ ਵੱਡਾ ਦਿਆਲੂ ਹੈ, ਤੂੰ ਮੇਰੇ ਜਿੰਨਾ ਹੋਰ ਦੀਨ ਕਿਹੜਾ ਹੈ, ਇਦੋਂ ਵੱਡਾ ਹੋਰ ਦੀਨ ਕੌਣ ਹੋ ਸਕਦਾ ਹੈ। ਮੈਂ ਇਹ ਵੀ ਸੁਣਿਆ ਹੈ ਕਿ ਤੂੰ ਪਾਪੀਆਂ ਦੇ ਉੱਤੇ ਰਹਿਮ ਕਰਦਾ ਹੈ, ਸਭ ਦੇ ਪਾਪ ਕੱਟਦਾ ਹੈ, ਤੂੰ ਮੇਰੇ ਜਿੰਨਾ ਇਦੋਂ ਵੱਡਾ ਹੋਰ ਪਾਪੀ ਕੌਣ ਹੋ ਸਕਦਾ ਹੈ। ਹੋ ਸਕਦਾ ਹੈ ਕਿ ਪੱਥਰ ਵੀ ਹਲਕੇ ਹੋਣ, ਜੇ ਸਾਨੂੰ ਇਹ ਗਿਆਨ ਹੋਵੇ ਕਿ ਅਸੀਂ ਜਨਮਾਂ ਜਨਮਾਂਤਰਾਂ ਦੇ ਪਤਾ ਨਹੀਂ ਕਿਤਨੇ ਕੁ ਐਬ ਕੀਤੇ ਹੈ, ਕਿਤਨੇ ਕੁ ਪਾਪ ਕੀਤੇ ਹੈ, ਤਾਂ ਫਿਰ ਸਾਨੂੰ ਪਤਾ ਲੱਗਦਾ ਹੈ। ਸਦਾ ਇਹੀ ਰਿਹਾ ਕਿ ਮੈਂ ਦੁਖੀਆਂ ਹੈ, ਮੈਂ ਸੁਣਿਆ ਹੈ ਕਿ ਤੂੰ ਦੁਖੀਆਂ ਦੇ ਉੱਤੇ ਦਇਆ ਕਰਦਾ ਹੈ, ਤੂੰ ਦਿਆਲੂ ਹੈ। ਮੈਂ ਇਹ ਵੀ ਸੁਣਦਾ ਹੈ ਕੋਈ ਤੈਨੂੰ ਕਹਿੰਦਾ ਹੈ ਨਿਰਗੁਣ ਕਹਿੰਦਾ ਹੈ, ਕੋਈ ਸਰਗੁਣ ਕਹਿੰਦਾ ਹੈ, ਲੇਕਿਨ ਮੈਂ ਇਹ ਸਾਰੇ ਬਖੇੜੇ ਬੇਅਰਥ ਸਮਝਦਾ ਹੈ। ਤੇਰਾ ਜਲਵਾ, ਤੇਰਾ ਪ੍ਰਕਾਸ਼ ਮੈਨੂੰ ਹਰ ਇੱਕ ਦੇ ਅੰਦਰ ਨਜ਼ਰ ਆਉਂਦਾ ਹੈ। ਕੋਈ ਐਸਾ ਕਣ ਨਹੀਂ, ਕੋਈ ਐਸਾ ਬਿਰਸ਼ ਨਹੀਂ, ਕੋਈ ਐਸਾ ਪੱਤਾ ਨਹੀਂ ਕਿ ਜਿਹਦੇ ਅੰਦਰ ਤੇਰਾ ਜਲਵਾ ਨਜ਼ਰ ਨਹੀਂ ਆਉਂਦਾ ਗਾ। ਤੂੰ ਮੈਨੂੰ ਆਪਦੇ ਦਰ ਤੋਂ ਫਟਕਾਰੀ ਨਾ, ਤੱਕੀ ਨਾ, ਇਸ ਗਰੀਬ ਆਤਮਾ ਵਾਸਤੇ ਹੋਰ ਕਿਹੜਾ ਟਿਕਾਣਾ ਹੈ। ਸਾਨੂੰ ਪਤਾ ਹੈ ਕਿ ਜਦ ਬੱਚਾ ਮਾਂ ਦੇ ਵਾਸਤੇ ਰੋਂਦਾ ਹੈ ਤਾਂ ਮਾਤਾ ਤੋਂ ਵੀ ਰਿਹਾ ਨਹੀਂ ਜਾਂਦਾ, ਬੇਸ਼ੱਕ ਉਹ ਕਿਤਨੇ ਵੀ ਕਾਰੋਬਾਰ ਕਿਉਂ ਨਾ ਕਰਦੀ ਹੋਵੇ, ਉਹ ਜ਼ਰੂਰ ਆ ਕੇ ਗਲੇ ਨਾਲ ਲਾਉਂਦੀ ਹੈ ਸੱਚੇ ਦਿਲੋਂ। ਅਸੀਂ ਦੁਨੀਆ ਦੀ ਹਿਰਸ਼ ਵਾਸਤੇ ਸਾਰੀ ਸਾਰੀ ਰਾਤ ਜਾਗਦੇ ਹਾਂ, ਕੋਈ ਘਰ 'ਚ ਬਿਮਾਰ ਹੋਵੇ ਕਿੰਨੀਆਂ ਕਿੰਨੀਆਂ ਅਰਦਾਸਾਂ ਕਰਦੇ ਹਾਂ, ਸਾਰੀ ਤਵੱਜੋ ਉਸ ਪਾਸੇ ਲਾ ਦਿੰਦੇ ਹੈ, ਲੇਕਿਨ ਆਪਦੀ ਆਤਮਾ ਦੀ ਕਲਿਆਣ ਵਾਸਤੇ ਉਸ ਪਰਮਾਤਮਾ ਗੁਰੂ ਰੂਪ ਪਰਮਾਤਮਾ ਦੇ ਵਾਸਤੇ ਮਿਲਣ ਵਾਸਤੇ ਸਾਡੇ ਨਾ ਤਾਂ ਕਦੇ ਅੱਖ 'ਚੋਂ ਪਾਣੀ ਗਿਰਿਆ ਹੈ, ਨਾ ਸਾਡੇ ਦਿਲ ਅੰਦਰ ਕਦੇ ਤੜਫ ਹੀ ਉੱਠੀ ਹੈ, ਨਾ ਸਾਨੂੰ ਇਹ ਹੀ ਪਤਾ ਹੈ ਕਿ ਉਹ ਪਰਮਾਤਮਾ ਹੈ ਜਾਂ ਉਸ ਦੇ ਨਾਲ ਕੋਈ ਮਿਲਾਉਣ ਵਾਲਾ ਕੋਈ ਵਿਚੋਲਾ ਵੀ ਹੈ, ਕੋਈ ਐਸੀ ਵੀ ਤਾਕਤ ਹੈ ਜਿਹੜੀ ਦਇਆ ਕਰਦੀ ਹੈ, ਜਿਹੜੀ ਮਿਹਰ ਕਰਦੀ ਹੈ, ਜਿਹਨੂੰ ਰਹਿਮਤ ਦਾ ਸਮੁੰਦਰ ਕਹਿੰਦੇ ਹੈ। ਕਿਸੇ ਨੇ ਉਹਨੂੰ ਗੁਰਦਾਰੀ ਕਹਿਤਾ ਕਿ ਉਹ ਗਿਰਿਆਂ ਨੂੰ ਉਠਾਉਣ ਵਾਲਾ ਹੈ, ਕਿਸੇ ਨੇ ਮੁਰਾਰੀ ਕਹਿ ਦਿੱਤਾ ਕਿ ਉਹ ਮਰੇ ਵਿੱਚ ਜੀਵਨ ਪੈਦਾ ਕਰਦਾ ਹੈ, ਕਿਸੇ ਨੇ ਉਸਨੂੰ ਕਿਰਪਾਲ ਕਹਿ ਦਿੱਤਾ ਕਿ ਉਹ ਕਿਰਪਾ ਦਾ ਸਾਗਰ ਹੈ, ਉਹ ਕਿਰਪਾ ਕਰਨ ਵਾਲਾ ਹੈ, ਕਿਸੇ ਨੇ ਉਸਨੂੰ ਸਾਵਣ ਕਹਿ ਦਿੱਤਾ ਕਿ ਜਿਵੇਂ ਸਾਵਣ ਦੇ ਵਿੱਚ ਕਾਲੀਆਂ ਘਟਾਂ ਆਉਂਦੀਆਂ ਹਨ, ਬਾਰਿਸ਼ ਹੁੰਦੀ ਹੈ ਰਹਿਮਤ ਦੀ, ਜਲ ਥਲ ਹਰੇਕ ਪਾਸੇ ਹੋ ਜਾਂਦਾ ਹੈ, ਭੁੱਖਿਆਂ ਨੂੰ ਅਨਾਜ ਮਿਲਦਾ ਹੈ, ਪਿਆਸਿਆਂ ਨੂੰ ਪਾਣੀ ਮਿਲਦਾ ਹੈ। ਇਸੇ ਤਰ੍ਹਾਂ ਉਹ ਵੀ ਜਦ ਸੰਸਾਰ ਦੇ ਅੰਦਰ ਆਉਂਦਾ ਹੈ, ਕਿਸ ਤਰ੍ਹਾਂ ਉਹ ਆਪਦੇ ਨਾਮ ਦੀ ਬਾਰਿਸ਼ ਕਰਦਾ ਹੈ, ਕਿਸ ਤਰ੍ਹਾਂ ਆਪਦੇ ਨਾਮ ਦਾ ਉਹ ਸਭ ਨੂੰ ਮਹਾਤਮ ਦੱਸਦਾ ਹੈ। ਸੋ ਪਿਆਰਿਓ, ਜਦ ਅਸੀਂ ਉਹਦੀ ਯਾਦ ਵਿੱਚ, ਉਹਦੀ ਤੜਫ ਦੇ ਅੰਦਰ
रोने हैं चिल्लाने हैं कि असी पापां दे थले दब चुके हैं, तू आपदी मेहर कर, तैथों बगैर सानू कौन उभार दे सकदा है। वो तो भी रिहा नहीं जाता बिना बुलाया, ये साडा जाति तजर्बा है, वो बिना बुलाया आ जाता है। उन्होंने आवाज़ तो असी तां देईए जे वो बोला होवे, उन्होंने तां असी दसीए जे उन्होंने दिसदा ना होवे। असी दिसदे भी हैं, वो साडी पकार नू सुनदा भी है। मैं परमात्मा सावण दी कहानी दसदा हुंदा है कि किस तरह बाबा जैमल सिंह जी 500 किलोमीटर तो ज़्यादा पैंडा सी, जदों एबटाबाद अपनी नौकरी दे उत्ते हुंदे सीगे, अपने सेवक नूं कहा जो उन्हां दा खाणा बीबी रुको तैयार करदी सी कि असी एक आत्मा वास्ते जाणा है, तैयारी कर लो। हुण तुसीं देख लो भी कितनी दूर उन्हां ने पैंडा लाया कि उन्हां वास्ते कोई होर रस्ते च बंदा नहीं मिलिया, कि उन्हां दे पास होर बंदे नहीं सन। कईयां नूं उन्हां ने नाम भी दिता सी उदू पहलां, लेकिन नहीं, वो संस्कारी सुरत उन्हां दे नाल ही आउंदी है जिन्हां ने उन्हां दे पिछों कोई उन्हां दे कारज नूं अगे तोरना है। तां आप ही महाराज जी कहिंदे हुंदे कि मैं सड़क ते कम कर रहा सी, आपदा सरकारी कारोबार करा रहा सी, सड़क की देखभाल करा रहा सी, क्योंकि महाराज जी इंजीनियर सन। जब उन्हां दे पास दी लंघन लगे, बीबी रुको नूं कहन लगे कि असी इस सरदार दी खातर इत्थे आए हैं, वो कहन लगे कि थानू तो इन्हें कोई सलाम दुआ तक भी नहीं बोली, तो तुसी इतना पेंडा करके आए हो। वो कहन लगे अज तो चौथे दिन ये अपने पास सत्संग च आ जाएगा, इस बेचारे नूं की पता है कि मैं दुनिया दा सच्चा पातशाह उस रूहानियत दे तख्त दे उत्ते बैठना है। सो महाराज सावण सिंह कहिंदे हुंदे कि वाकई ही मैं उस वेले तां इह सोचदा सी कोई बुढ़ा इत्थे कमिश्नर दी कचहरी विच आपदे पेंशन दे कागजां वास्ते आया होना है, लेकिन चौथे दिन मैनूं किसे तों दस पई, वो कह रहे सीगे कि एक महात्मा पंजाब चो आए है, वो बड़ा अच्छा गुरबाणी की व्याख्या करते हैं। वो कहन लगे कि मैनू बचपने तो ही शौक सी साधु संत महात्मा मिलने का। मैं पहले दस्या कि ऐसी आत्मा बचपन तो ही एक खोज हुंदी है, तड़प हुंदी है, वो ये समझते हैं कि साडा कुछ गुआच गया है, असी उसनु पाल गए। तो इस वास्ते उन्होंने जाने की तैयारी की। उत्थे एक साधु रहिंदा सीगा बदंती, क्योंकि जगन्नाथ की यात्रा उत्थों लोग शुरू करते सन। आम तौर पर लोग साधु लोग उधर नूं जाण वाले मिलते रहिंदे सन, उन्हां नाल हर रोज़ ही परमार्थ बारे चर्चा भी हुंदी रहिंदी सीगी। तो वो कहन लग्या देखो ये लोग नास्तक हुंदे है, बाबा जैमल सिंह बारे कहन लगे, ये सिर दे उत्ते वाजा रख देंदे है, अंदरों आवाज आउंदी है। महाराज सावण सिंह कहन लगे देख भाई मैं इंजीनियर हाँ, मैं अच्छी तरह जानता हाँ कि कोई ऐसा वाजा नहीं कि इंसान के सिर दे उत्ते रख दईए आवाज उहदी अंदरों आवे। तो कहिंदे कि जद असीं उन्हां दे सत्संग विच गए, जितने भी 22 साल दे शक शकूक सन, जिमें जिमें उन्हां दा सत्संग सुनदे गए सब निकलदे गए। फिर वो ये भी कहिंदे हुंदे सी कि मन जिहड़ा है ये बड़ा धोखेबाज है, मन सब कुछ समझ के अखीं देख के भी सिर हिला दिंदा है। कहन लगे कि जी मैनूं तुसीं नाम तां दे दिओ पर राधा स्वामी ना दिओ, क्योंकि ये नवां जिहा लफ्ज़ मैनूं मालूम हुंदा सी। तो उत्थे सार बचन पोथी पई सी, वो कहन लगे पहला तो पुछदे आ क्यों भी ते कोई नितनेम करदा है, कहिंदा हाँ जी मैं जपजी साहब जाप साहब पढ़दा हाँ। तो कहिंदे गुरु गोबिंद सिंह जी महाराज ने कितने क नाम उहदे विच उचारे है, कहिंदे जी पक्का तो याद नहीं पर हो सकदा है 1400-1500 नाम उचारे हों। वो कहिंदे जब उन्हां नाल तेरा कोई इतराज नहीं गा
ਤੇ ਜੇ ਅਗਰ ਸਵਾਮੀ ਜੀ ਨੇ ਆਪਣੇ ਪਿਆਰ ਵਿੱਚ ਆ ਕੇ ਇੱਕ ਰਾਧਾ ਸਵਾਮੀ ਨਾਮ ਰੱਖ ਦਿੱਤਾ, ਤੈਨੂੰ ਇਹਦੇ ਨਾਲ ਕਿਉਂ ਇਤਰਾਜ ਹੈ? ਫਿਰ ਕਹਿੰਦੇ ਆ ਪੋਥੀ ਪੜ੍ਹ, ਇਹਦੇ ਵਿੱਚ ਕੀ ਲਿਖਿਆ ਹੈ? ਉੱਥੇ ਸੀ ਰਾਧਾ ਆਦਿ ਸੁਰਤ ਕਾ ਨਾਮ, ਸਵਾਮੀ ਸ਼ਬਦ ਵਸੇ ਨਿਜ ਧਾਮ, ਸੁਰਤ ਸ਼ਬਦ ਹੋਏ ਰਾਧਾ ਸਵਾਮੀ, ਦੋਨੇ ਨਾਮ ਏਕ ਕਰ ਜਾਣੇ। ਸਵਾਮੀ ਜੀ ਮਹਾਰਾਜ ਦਾ ਨਾਮ ਤਾਂ ਸ਼ੇਠ ਸ਼ਿਵਦਿਆਲ ਸਿੰਘ ਸੀਗਾ, ਉਹਨਾਂ ਧਰਮ ਪਤਨੀ ਦਾ ਨਾਮ ਮਾਤਾ ਨਾਰਾਇਣ ਦੇਵੀ ਸੀਗਾ। ਰਾਧਾ ਆਤਮਾ ਨੂੰ ਕਿਹਾ ਹੈ, ਸਵਾਮੀ ਉਸ ਪਰਮਾਤਮਾ ਨੂੰ ਕਿਹਾ ਹੈ। ਸਾਰਿਆਂ ਹੀ ਸੰਤਾਂ ਨੇ ਉਸ ਪਰਮਾਤਮਾ ਨੂੰ ਸਵਾਮੀ ਸਵਾਮੀ ਕਰਕੇ ਬਿਆਨ ਕੀਤਾ ਹੈ, ਅਤੇ ਸਵਾਮੀ ਜੀ ਮਹਾਰਾਜ ਨੇ ਉਹ ਆਤਮਾ ਦਾ ਸਵਾਮੀ ਕਰਕੇ ਬਿਆਨ ਕਰ ਦਿੱਤਾ। ਉਹ ਕਹਿਣ ਲੱਗੇ ਇਹ ਉਹਨਾਂ ਦੀ ਬੜੀ ਆਪਣੀ ਹੀ ਦਿਆ ਸੀ। ਇਸੇ ਤਰ੍ਹਾਂ ਪਰਮਾਤਮਾ ਕਿਰਪਾਲ ਬਚਪਨ ਤੋਂ ਆਪਦੀ ਖੋਜ ਵਿੱਚ ਸਨ, ਲੇਕਿਨ 7 ਸਾਲ ਉਹਨਾਂ ਦੇ ਅੱਗੇ ਪਹਿਲਾਂ ਹੀ ਉਹਨਾਂ ਦੇ ਗੁਰੂ ਦੇਵ ਅੰਦਰ ਆਉਣ ਲੱਗ ਪਏ। ਇਹ ਖੁਦ ਹੀ ਉਹ ਦੱਸਦੇ ਹੁੰਦੇ ਸਨ ਕਿ ਕਿਸ ਤਰ੍ਹਾਂ ਉਹ ਸਾਡੇ ਅੰਦਰ ਆਉਣ ਲੱਗੇ, ਅਤੇ ਕਹਿੰਦੇ ਕਿ ਸਾਨੂੰ ਦਰਿਆਵਾਂ ਦੀ ਸੈਰ ਕਰਨ ਦਾ ਬੜਾ ਸ਼ੌਕ ਸੀਗਾ। ਸਾਰੇ ਦਰਿਆਵਾਂ ਦੀ ਸੈਰ ਕੀਤੀ। ਇੱਕ ਦਿਨ ਦਿਲ 'ਚ ਖਿਆਲ ਆਇਆ ਕਿ ਬਿਆਸ ਦਰਿਆ ਨੂੰ ਵੀ ਦੇਖੀਏ। ਇੱਥੇ ਆਏ ਅਤੇ ਇੱਕ ਸਟੇਸ਼ਨ ਮਾਸਟਰ ਬਾਊ ਬੂਆ ਦਾਸ ਸੀਗੇ, ਉਹ ਅੱਛਾ ਪ੍ਰੇਮੀ ਸੀਗਾ, ਮਹਾਰਾਜ ਦਾ ਨਾਮ ਲੇਵਾ ਸੀਗਾ, ਉਹ ਅੱਛੀ ਤਰ੍ਹਾਂ ਸਮਝਦਾ ਸੀ ਮਹਾਰਾਜ ਸਾਵਣ ਸਿੰਘ ਨੂੰ। ਉਹਨੇ ਪੁੱਛਿਆ ਕਿ ਵੀ ਦਰਿਆ ਨੂੰ ਕਿਹੜਾ ਰਸਤਾ ਕੋਈ ਡੰਡੀ ਜਾਂਦੀ ਹੈ ਇੱਥੋਂ? ਉਹ ਬੜਾ ਚੱਟਦੇ ਨੇ, ਕਹਿਣ ਲੱਗਿਆ ਕਿ ਤੂੰ ਸੰਤਾਂ ਕੋਲੇ ਜਾਣਾ? ਮੈਂ ਪੁੱਛਿਆ ਵੀ ਇੱਥੇ ਸੰਤ ਵੀ ਰਹਿੰਦੇ ਆ? ਉਹ ਕਹਿੰਦੇ ਹਾਂ, ਆਓ ਜਿਹੜੀ ਜਗ੍ਹਾ ਹੈ ਸਾਹਮਣੇ ਡੇਰਾ ਹੈ ਉਹ ਉਹਨਾਂ ਸੰਤਾਂ ਦਾ ਹੀ ਹੈ। ਕਹਿਣ ਲੱਗੇ ਦਿਲ 'ਚ ਖਿਆਲ ਆਇਆ ਵੀ ਏਕ ਪੰਥ ਦੋ ਕਾਜ, ਦਰਿਆ ਦੀ ਵੀ ਸੈਰ ਹੋ ਜਾਏਗੀ ਅਤੇ ਸੰਤਾਂ ਦੇ ਵੀ ਦਰਸ਼ਨ ਹੋ ਜਾਣਗੇ। ਜਦ ਗਏ ਅੱਗੇ ਉਹ ਜੋ 7 ਸਾਲ ਦੇ ਵਿੱਚ ਅੰਦਰ ਆ ਰਿਹਾ ਸੀਗਾ, ਉਹਨਾਂ ਨੇ ਕਿਰਪਾ ਕੀਤੀ, ਉਹਨਾਂ ਨੂੰ ਪਛਾਣਨਾ ਕੀ ਮੁਸ਼ਕਲ ਹੈ ਜਿਹਨੂੰ ਤੁਸੀਂ ਰਾਤ ਨੂੰ ਦੇਖਦੇ ਹੋ। ਉਹਨਾਂ ਨੂੰ ਬੇਨਤੀ ਕੀਤੀ ਕਿ ਮਹਾਰਾਜ ਜੀ ਇਤਨਾ ਵਕਤ ਕਿਉਂ? ਉਹ ਕਹਿੰਦੇ ਆ ਹੀ ਵਕਤ ਮੁਨਾਸਿਬ ਸੀਗਾ। ਤੋ ਇਸੇ ਤਰ੍ਹਾਂ ਇਹ ਗਰੀਬ ਆਤਮਾ ਜੋ ਤੁਹਾਡੇ ਅੱਗੇ ਬੈਠੀ ਹੈ, ਐਸਾ ਹੀ ਹਾਲਤ ਮਹਾਰਾਜ ਕਿਰਪਾਲ ਨੇ ਇਹਦੇ ਨਾਲ ਕੀਤੀ। ਮੈਨੂੰ ਨਾ ਨਿੰਦਿਆ ਵਾਲਾ ਮਿਲਿਆ, ਨਾ ਉਹਨਾਂ ਦੀ ਵਡਿਆਈ ਕਰਨ ਵਾਲਾ ਮਿਲਿਆ। ਇਹ ਹੁਣ ਅਸੀਂ ਖੁਦ ਸੋਚ ਕੇ ਦੇਖ ਸਕਦੇ ਹਾਂ। ਅਸੀਂ ਕਹਿ ਦਿੰਦੇ ਹਾਂ ਕਿ ਸੰਤ ਦਿਲਾਂ ਦੀਆਂ ਨਹੀਂ ਜਾਣਦੇ, ਨਹੀਂ, ਅਗਰ ਅਸੀਂ ਅੰਦਰ ਜਾਈਏ ਫਿਰ ਪਤਾ ਲੱਗਦਾ ਹੈ। ਕੋਈ ਸੇਵਕ ਮਹਾਰਾਜ ਕਿਰਪਾਲ ਨੂੰ ਮੇਰੇ ਆਸ਼ਰਮ ਦੇ ਅੰਦਰ ਮਿਲਿਆ, ਕੋਈ ਲੜਕੀ ਸੀ, ਉਹ ਕਹਿਣ ਲੱਗੀ ਕਿ ਜੀ ਤੁਸੀਂ ਜਾਣਦੇ ਤਾਂ ਸਾਰਾ ਕੁਛ ਹੋ, ਤੁਸੀਂ ਅੰਤਰਜਾਮੀ ਹੋ, ਸਭ ਕੁਛ ਹੋ। ਮਹਾਰਾਜ ਜੀ ਕਹਿਣ ਲੱਗੇ ਅੱਛਾ ਚੱਲ, ਮੈਂ ਤਾਂ ਜਾਣਦਾ ਹੋਇਆ, ਤੂੰ ਦੱਸ, ਮੈਂ ਤੇਰੇ ਮੂੰਹੋਂ ਸੁਣ ਕੇ ਹੀ ਤੇਰੀ ਗੱਲ ਦਾ ਜਵਾਬ ਦੇਊਂਗਾ, ਕਿਉਂਕਿ ਸੰਤ ਪੜਦਾ ਪੋਸ਼ ਹੁੰਦੇ ਹੈ, ਉਹ ਇਹ ਐਸੀਆਂ ਗੱਲਾਂ ਨਹੀਂ ਕਦੇ ਕਰਦੇ, ਮੋਜੇ ਨਹੀਂ ਦਿਖਾਉਂਦੇ ਗੇ। ਤੋ ਇਸ ਵਾਸਤੇ ਉਹ ਕਹਿਣ ਲੱਗੇ, ਉਹਨੇ ਆਪਦੀ ਹਾਲਤ ਦੱਸੀ, ਲੇਕਿਨ ਉਹ ਜਾਣਦੇ ਸਾਰਾ ਕੁਛ ਹੀ ਹੈ, ਆਪਣਾ ਸੇਵਕ ਭੇਜਿਆ ਕਿ ਤੂੰ ਜਾ ਉਹ ਘਰੇ ਰਹਿਣ। 500 ਕਿਲੋਮੀਟਰ ਉਹ ਵੀ ਚੱਲ ਕੇ ਆਏ, ਮੇਰਾ ਆਸ਼ਰਮ 500 ਕਿਲੋਮੀਟਰ ਹੀ ਹੈ ਦਿੱਲੀ ਤੋਂ, ਉੱਥੋਂ ਚੱਲ ਕੇ ਆਏ, ਆਪਦਾ ਸੇਵਕ ਭੇਜਿਆ ਕਿ ਉਹਨਾਂ ਨੂੰ ਕਹੋ ਘਰੇ ਰਹਿਣ, ਮੈਂ ਇੱਥੋਂ ਲਾਲਾ ਜੀ ਨੂੰ ਅਜੀਤ ਸਿੰਘ ਹੋਰਾਂ ਨੂੰ ਸੰਦੇਸ਼ ਭੇਜਿਆ ਕਿ ਮੈਂ ਸੁਣਿਆ ਕਿ ਮਹਾਰਾਜ ਨੇ ਆਉਣਾ ਹੈ, ਆਓ ਬਈ, ਕੌਣ ਮਹਾਰਾਜ ਹੈ, ਦਰਸ਼ਨ ਕਰੀਏ। ਮੈਂ ਇਹ ਵੀ ਦੱਸਦਾ ਹੁੰਦਾ ਕਿ ਤਿਆਰੀ ਤਾਂ ਕਦੇ ਦੀ ਹੋ ਰਹੀ ਸੀ ਅੰਦਰੋਂ ਅੰਦਰੀ, ਉਹ ਖੁਦ ਹੀ ਕਰਾਉਣ ਵਾਲੇ ਸੀ। ਜਦ ਉਹ ਆਏ, ਦਰਸ਼ਨ ਹੋਏ, ਅੱਖਾਂ ਚਾਰ ਹੋਈਆਂ, ਜੋ ਬਚਪਨੇ ਦੀ ਦਿਲ ਅੰਦਰ ਗਰਮੀ ਸੀ, ਤੜਫ ਸੀ, ਤਾਂਗ ਸੀ, ਉਹ ਇਸ ਤਰ੍ਹਾਂ ਜਿਵੇਂ ਤੇਜ਼ ਆਂਧੀ ਪਿੱਛੋਂ ਬਾਰਿਸ਼ ਆਉਂਦੀ ਹੈ, ਖਮੋਸ਼ੀ ਆਸ਼ਾ ਜਾਂਦੀ ਹੈ, ਔਰ ਬੜਾ ਸੁਹਾਵਣਾ ਮੌਸਮ ਹੁੰਦਾ ਹੈ, ਉਹ ਮੇਰੀ ਆਤਮਾ ਵਾਸਤੇ ਐਸਾ ਹੀ ਮੌਸਮ ਸੀਗਾ, ਐਸਾ ਹੀ ਟਾਈਮ ਸੀਗਾ। ਇਹ ਉਹਨਾਂ ਦੀ ਖਾਸ਼ ਦਿਆ ਸੀ। ਫਿਰ ਤੁਹਾਨੂੰ ਪਤਾ ਹੀ ਹੈ ਕਿ
ਗੁਰੂ ਸਿੱਖ ਦਾ ਜੋ ਮਿਲਾਪ ਹੈ ਉਹ ਜਾਂ ਤਾਂ ਸਿੱਖ ਜਾਣਦਾ ਹੈ ਜਾਂ ਗੁਰੂ ਜਾਣਦਾ ਹੈ ਕਿ ਉਹ ਮਿਲਾਪ ਕੈਸਾ ਹੈ, ਉਹ ਕਿਸ ਤਰ੍ਹਾਂ ਹੈ। ਮੈਂ ਇਹ ਦੱਸਦਾ ਹੁੰਦਾ ਜਿੱਥੇ ਸਿੱਖ ਨੂੰ ਗੁਰੂ ਭਾਗਾਂ ਨਾਲ ਮਿਲਦਾ ਹੈ ਤਾਂ ਗੁਰੂ ਨੂੰ ਵੀ ਸ਼ਿਸ਼ ਭਾਗਾਂ ਨਾਲ ਹੀ ਮਿਲਦਾ ਹੈ। ਸ਼ਿਸ਼ ਅਸੀਂ ਸਾਰੇ ਹੁੰਦੇ ਹਾਂ, ਜ਼ਿੰਮੇਵਾਰੀ ਉਹਨੇ ਸਾਰਿਆਂ ਦੀ ਲਈ ਹੈ। ਜਿਹਨੂੰ ਨਾਮ ਦਿੱਤਾ ਹੈ ਉਹਦੀ ਉਹਨੇ ਰਖਵਾਲੀ ਵੀ ਕਰਨੀ ਹੈ, ਉਹਦੀ ਆਤਮਾ 'ਤੇ ਰਹਿਮ ਵੀ ਕਰਨਾ ਹੈ। ਲੇਕਿਨ ਬਹਾਦਰ ਕੌਣ ਹੈ ਜੋ ਉਹਨਾਂ ਦੇ ਜੀਵਨ ਕਾਲ ਵਿੱਚ ਹੀ ਪੂਰਨ ਹੋ ਜਾਏ? ਉਹਨਾਂ ਦੀ ਦਇਆ ਲੈ ਕੇ, ਮਿਹਨਤ ਕਰਕੇ, ਦੋਨੇ ਚੀਜ਼ਾਂ ਬਰਾਬਰ ਚੱਲਦੀਆਂ, ਮਿਹਨਤ ਔਰ ਗੁਰੂ ਦੀ ਦਇਆ। ਬੱਚਾ ਪੜ੍ਹੇਗਾ ਤਾਂ ਟੀਚਰ ਜ਼ਰੂਰ ਉੱਧਰ ਤਵੱਜੋ ਦੇਵੇਗਾ, ਜੇ ਬੱਚਾ ਨਹੀਂ ਪੜ੍ਹੇਗਾ ਟੀਚਰ ਕੀ ਕਰੇਗਾ? ਤੋ ਮੈਂ ਦੱਸਦਾ ਹੁੰਦਾ ਕਿ ਸੱਚੇ ਸ਼ਿਸ਼ ਦਾ ਗੁਰੂ ਦੇ ਪਾਸ ਜਾਣਾ ਕਿਸ ਤਰ੍ਹਾਂ ਹੈ, ਜਿਵੇਂ ਖੁਸ਼ਕ ਬਰੂਦ ਨੂੰ ਅਗਨੀ ਦੇ ਅੱਗੇ ਕਰ ਦੇਈਏ। ਇਸੇ ਤਰ੍ਹਾਂ ਗੁਰੂ ਪੂਰਾ ਹੋਵੇ, ਸ਼ਿਸ਼ ਵੀ ਪੂਰਾ ਹੋਵੇ ਤਾਂ ਫਿਰ ਟਾਈਮ ਨਹੀਂ ਲੱਗਦਾ ਗਾ। ਜੇ ਲੰਪ ਸਾਡੀ ਪਹਿਲਾਂ ਤਿਆਰ ਹੈ, ਉਹਦੇ ਵਿੱਚ ਤੇਲ ਵੀ ਹੈ, ਉਹਦੇ ਵਿੱਚ ਬੱਤੀ ਵੀ ਹੈ, ਤਾਂ ਦੀਆ ਸਲਾਈ ਵੀ ਤਿਆਰ ਹੈ, ਸਿਰਫ ਤੀਲੀ ਦਿਖਾਉਣ ਦੀ ਜ਼ਰੂਰਤ ਹੁੰਦੀ ਹੈ, ਫੌਰ ਉੱਥੇ ਪ੍ਰਕਾਸ਼ ਹੋ ਜਾਂਦਾ ਹੈ। ਜੇ ਅਜੇ ਲੰਪ ਦੇ ਪੁਰਜੇ ਠੀਕ ਨਹੀਂ, ਤੇਲ ਵੀ ਸਾਡੇ ਪਾਸ ਨਹੀਂ, ਦੀਆ ਸਲਾਈ ਵੀ ਨਹੀਂ, ਸਾਰਾ ਕੁਛ ਅਸੀਂ ਸਮਾਨ ਲਿਆਉਣਾ ਤਾਂ ਉਸ 'ਤੇ ਟਾਈਮ ਲੱਗਦਾ ਹੈ। ਸੋ ਸਾਡੀ ਵੀ ਇਹ ਹਾਲਤ ਹੁੰਦੀ ਹੈ, ਅਗਰ ਅਸੀਂ ਤਿਆਰ ਹੋਈਏ ਤਾਂ ਉਹ ਪਰਮਾਤਮਾ ਸਾਵਣ ਕਿਰਪਾਲ ਜੈਸਾ ਗੁਰੂ ਮਿਲ ਜਾਵੇ ਤਾਂ ਫਿਰ ਸੋਨੇ 'ਤੇ ਸੁਹਾਗਾ ਹੈ। ਇਸ ਵਾਸਤੇ ਜਿਹੜਾ ਅਸੀਂ ਧੰਨਵਾਦ ਉਹਦਾ ਹਰ ਰੋਜ਼ ਕਰਦੇ ਹਾਂ, ਸੱਚਾ ਧੰਨਵਾਦ ਤਾਂ ਅੰਦਰ ਜਾ ਕੇ ਹੈ। ਜੋ ਮਹਾਤਮਾ ਅੰਦਰ ਗਏ ਉਹਨਾਂ ਨੇ ਇਹੀ ਕਿਹਾ ਕਿ ਮੈਂ ਸਾਰੀ ਧਰਤੀ ਦਾ ਕਾਗਜ਼ ਕਰ ਲਾਂ, ਸਾਰੀ ਬਨਸਪਤੀ ਦੀ ਮੈਂ ਕਲਮ ਬਣਾ ਲਵਾਂ, ਸਾਰੇ ਸਮੁੰਦਰਾਂ ਦੀ ਸ਼ਾਹੀ ਬਣਾ ਲਵਾਂ, ਜੇ ਮੈਂ ਆਪਦੇ ਗੁਰੂ ਦੀ ਮਹਿਮਾ ਲਿਖਾਂ ਤਾਂ ਲਿਖ ਨਹੀਂ ਸਕਦਾ। ਪੂਰੇ ਸੰਤ ਨੂੰ, ਪੂਰੇ ਗੁਰੂ ਨੂੰ ਬਾਹਰੋਂ ਪਛਾਣ ਸਕਣਾ ਬੜਾ ਹੀ ਮੁਸ਼ਕਲ ਹੁੰਦਾ ਹੈ, ਕਿਉਂਕਿ ਉਹਨਾਂ ਦੇ ਕੋਈ ਬੋਰਡ ਨਹੀਂ ਲਾਇਆ ਹੁੰਦਾ ਮੱਥੇ ਦੇ ਵਿੱਚ ਵੀ ਇਹ ਪੂਰਾ ਹੈ ਜਾਂ ਇਹ ਅਧੂਰਾ ਹੈ। ਹਾਂ, ਇਹ ਜ਼ਰੂਰ ਹੈ ਸੰਸਾਰ ਦੇ ਵਿੱਚ ਜਿੱਥੇ ਪੂਰੇ ਦਾ ਜ਼ਿਕਰ ਆਉਂਦਾ ਉੱਥੇ ਅਧੂਰਾ ਵੀ ਹੈ। ਅਧੂਰਾ ਕਿਹਨੂੰ ਕਹਿੰਦੇ ਹੈ ਕਿ ਜੋ ਗੁਰੂ ਨਾਨਕ ਨੇ ਕਿਹਾ, ਚੂਹਾ ਖੱਡ ਨਾ ਮਾਵੀ ਤਿੱਕਲ ਬੱਧਾ ਛੱਜ, ਚੂਹਾ ਖੁਦ ਖੁੱਡ 'ਚ ਵੜਦਾ ਨਾ ਹੋਵੇ, ਪਿੱਛੇ ਇੱਕ ਛੱਜ ਹੋਰ ਬੰਨ ਲਏ, ਆਪ ਨੂੰ ਕੁਛ ਦਿਸਦਾ ਨਾ ਹੋਵੇ, ਆਪ ਨੇ ਭਜਨ ਸਿਮਰਨ ਨਾ ਕੀਤਾ ਹੋਵੇ, ਸੰਗਤ ਦਾ ਛੱਜ ਹੋਰ ਪਿੱਛੇ ਬੰਨ ਲਵੇ, ਜੋ ਡੁਬੁੰਦੇ ਆਪ ਸੇ ਤਾਰੇ ਕਿਨਖੇ, ਤਰੰਦੜੋ ਪੀ ਤਾਰ ਨਾਨਕ ਪਿਰ ਸੇ ਵਰਤਿਆ। ਕੋਈ ਤਰਿਆ ਹੀ ਤਾਰ ਸਕਦਾ ਹੈ, ਪੜ੍ਹਿਆ ਹੀ ਪੜ੍ਹਾ ਸਕਦਾ ਹੈ। ਮਹਾਰਾਜ ਕਿਰਪਾਲ ਨੇ ਸਦਾ ਹੀ ਕਿਹਾ ਕਿ ਲਾਹੌਰ ਵਿੱਚ ਉਹ ਮਿਸਾਲ ਦਿੰਦੇ ਨੇ ਗੂੰਗੇ ਪਹਿਲਵਾਨ ਦੀ, ਕਿ ਉਹ ਸਾਰੀ ਸਾਰੀ ਰਾਤ ਕਸਰਤ ਕਰਦਾ ਸੀਗਾ ਤਦ ਉਹ ਦੁਨੀਆ 'ਚ ਮਸ਼ਹੂਰ ਹੋਇਆ। ਤੋ ਸਭ ਸੰਤਾਂ ਨੇ ਗੁਰੂ ਨਾਨਕ ਦੀ ਇਸ਼ਟੀ ਪੜ੍ਹੋ, 11 ਸਾਲ ਉਹਨੇ ਠਿਕਰੀਆਂ ਰੋੜਾਂ ਦੀ ਛੇਜਾ ਕੀਤੀ ਕਿ ਉਹਨਾਂ ਦੇ ਪਾਸ ਬਿਸਤਰੇ ਨਹੀਂ ਸਨ, ਲੇਕਿਨ ਇਸ ਤਰ੍ਹਾਂ ਵੀ ਠਿਕਰੀਆਂ ਰੋੜਾਂ ਦੀਆਂ ਸਾਨੂੰ ਛੇਜ ਨਹੀਂ ਬਣਾ ਲੈਣੀ ਚਾਹੀਦੀ। ਮੇਰੇ ਪਾਸ ਭਗਤ ਜੀ ਰਹਿੰਦੇ ਸਨ, ਉਹਨੂੰ ਸਾਰੇ ਜਾਣਦੇ ਹੈ, ਉਸ ਨੇ ਠਿਕਰੀਆਂ ਰੋਡ ਤਾਂ ਵਿਛਾ ਲਏ, ਉੱਤੇ ਬੋਰੀ ਵੀ ਵਿਛਾ ਦਿੱਤੀ, ਲੇਕਿਨ ਅਭਿਆਸ ਉਹਨੇ ਕਸਮ ਵੀ ਨਹੀਂ ਭੰਨੀ ਸੀ ਕਦੇ। ਉਹ ਵੀ ਦਿਖਾਵਾ ਮਾੜਾ ਹੁੰਦਾ ਹੈ। ਮੈਂ ਸਦਾ ਵਾਸਤੇ ਉਹਨੂੰ ਸਤਸੰਗ 'ਚ ਵੀ ਉਹਦੇ ਸਾਹਮਣੇ ਸ਼ਬਦ ਬੋਲਦਾ ਹੁੰਦਾ, ਲੋਕ ਡਰਾਵਣ ਕਾਰਨ ਤੈਂ ਭੇਖ ਬਣਾਇਆ, ਬਿਨ ਉਦਮ ਟੁਕੜਾ ਖਾਵਣਾ ਬਾਬਾ ਨਾਮ ਤਰਾਇਆ। ਉਹ ਗਿੱਟਿਆਂ ਤੱਕ ਚੋਲਾ ਪਾ ਕੇ ਰੱਖਦਾ ਸੀ ਪਗਵਾਂ। ਉਹ ਵੀ ਫਾਇਦਾ ਨਹੀਂ, ਉਸ ਨੂੰ ਕੀ ਕਹਿੰਦੇ ਅਧੂਰਾ। ਤੋ ਆਪ ਕਹਿਣ ਲੱਗੇ ਜੋ ਸੰਤ ਹੈ ਪੂਰੇ ਹੈ, ਉਹ ਪਰਮਾਤਮਾ ਰੂਪ ਹੁੰਦੇ ਹੈ,
ਉਹ ਕਿਸੇ ਤੇ ਬੋਝਾ ਨਹੀਂ ਬਣਦੇ ਗੇ। ਉਹ ਸੰਸਾਰ ਦੇ ਅੰਦਰ ਸਦਾ ਹੀ ਆਪਣੀ ਦਸ਼ਾ ਨੁਹਾਉਂਦੀ ਕਿਰਤ ਕਰਨਗੇ, ਖੇਤੀ ਕਰਨ, ਮਜ਼ਦੂਰੀ ਕਰਨ। ਸੇਵਕ ਦਾ ਇਹਦੇ ਵਿੱਚ ਕੀ ਇਤਰਾਜ਼ ਹੈ? ਅਗਰ ਉਹ ਆਪਣੀ ਕਿਰਤ ਮਜ਼ਦੂਰੀ ਕਰਦਾ ਹੈ ਜਾਂ ਉਹ ਖੇਤੀ ਕਰਦਾ ਹੈ ਜਾਂ ਨੌਕਰੀ ਕਰਦਾ ਹੈ, ਲੇਕਿਨ ਸੰਗਤ ਦਾ ਪੈਸਾ ਉਹਦੇ ਵਾਸਤੇ ਇੱਕ ਜ਼ਹਿਰ ਹੁੰਦਾ ਹੈ। ਮੈਂ ਮਹਾਰਾਜ ਸਾਵਣ ਦੀ ਮਿਸਾਲ ਦਿੰਦਾ ਰਿਹਾ ਕਿ ਉਹਨਾਂ ਨੇ ਲੰਗਰ ਦਾ ਸੌਂਫ ਤੱਕ ਵੀ ਰਾਤ ਨੂੰ ਪੇਟ ਦੁਖਦਾ ਸੀ, ਖਾਧੀ ਨਹੀਂ ਸੀ। ਉਹ ਕਹਿੰਦੇ ਕਿ ਤੁਹਾਡੇ ਵਾਸਤੇ ਤਾਂ ਇਹ ਅੰਮ੍ਰਿਤ ਹੈ, ਲੇਕਿਨ ਮੇਰੇ ਵਾਸਤੇ ਜ਼ਹਿਰ ਹੈ। ਉਹ ਸਿੱਖਾਂ ਵਾਸਤੇ ਲੰਗਰ ਹੁੰਦਾ ਹੈ, ਇਸ ਵਾਸਤੇ ਉਹ ਕਿਸੇ 'ਤੇ ਬੋਝਾ ਨਹੀਂ ਬਣਦਾ ਗਾ। ਉਹ ਨਿਮਰਤਾ ਦਾ ਪੁੰਜ ਹੁੰਦਾ ਹੈ, ਉਹ ਕਿਸੇ ਦਾ ਦੁੱਖ ਦੇਖ ਕੇ ਸਹਾਰ ਨਹੀਂ ਸਕਦਾ ਗਾ। ਉਹ ਮਿੱਠ ਬੋਲੜਾ ਹੁੰਦਾ ਹੈ, ਉਹ ਸਦਾ ਦਇਆ ਕਰਨ ਜਾਣਦਾ ਹੈ। ਉਹਦੇ ਬਚਨ ਮੱਲੋ ਮੱਲੀ ਸਾਡੇ ਦਿਲ ਦੇ ਵਿੱਚ ਘਰ ਕਰਦੇ ਜਾਂਦੇ ਹੈ। ਔਰ ਉਹ ਪੂਰਨ ਹੋ ਚੁੱਕਿਆ ਹੁੰਦਾ ਹੈ, ਪੂਰਨ ਦੇ ਨਾਲ ਲੱਗ ਕੇ। ਪੂਰਨ ਉਹ ਪਰਮਾਤਮਾ ਹੈ, ਉਹਦਾ ਗੁਰੂ ਹੈ ਜਿਸਨੇ ਉਸਨੂੰ ਪੂਰਨ ਬਣਾਇਆ ਹੁੰਦਾ ਹੈ। ਉਹ ਹਉਮੈ ਹੰਕਾਰ ਦੇ ਵਿੱਚ ਨਹੀਂ ਆਉਂਦਾ ਗਾ, ਹਉਮੈ ਤੋਂ ਉੱਪਰ ਉੱਠਿਆ ਹੁੰਦਾ ਹੈ। ਉਹ ਕਿਸੇ ਦੀ ਨਿੰਦਿਆ ਨਹੀਂ ਕਰਦਾ ਗਾ, ਉਹ ਕੋਈ ਹੰਕਾਰ ਨਹੀਂ ਕਰਦਾ ਗਾ, ਦੁਨੀਆਂ ਦੇ ਵਿੱਚ ਵੱਡਾ ਬਣ ਕੇ ਨਹੀਂ ਦਿਖਾਉਂਦਾ ਗਾ। ਸੱਚਾਈ ਤਾਂ ਇਹ ਹੈ ਕਿ ਉਹ ਆਪਣੇ ਆਪ ਨੂੰ ਸਭ ਤੋਂ ਛੋਟਾ ਸਮਝਦਾ ਹੈ। ਉਹ ਕਹਿੰਦਾ ਦੇਖੋ ਪਿਆਰਿਓ, ਮੈਥੋਂ ਸਾਰੇ ਹੀ ਚੰਗੇ ਹੈ, ਅਗਰ ਕੋਈ ਨੀਵਾਂ ਹੈ ਛੋਟਾ ਹੈ ਤਾਂ ਮੈਂ ਹੀ ਹੈ। ਤੋ ਕਹਿਣ ਦਾ ਭਾਵ ਮੇਰਾ ਇਤਨਾ ਹੀ ਹੈ ਕਿ ਉਸ ਦਿਆਲੂ ਪਰਮਾਤਮਾ ਕਿਰਪਾਲ ਨੇ ਇਸ ਗਰੀਬ ਆਤਮਾ ਦੀ ਪੁਕਾਰ ਸੁਣੀ, ਆਪਣਾ ਘਰ ਛੱਡਿਆ, ਆਪਣਾ ਦੇਸ਼ ਛੱਡਿਆ, ਆਪਣਾ ਪੇਚ ਛੱਡਿਆ। ਮੈਂ ਇੱਕ ਸ਼ਬਦ ਦੇ ਵਿੱਚ ਲਿਖਿਆ ਵੀ ਹੈ, ਕੂਕ ਸੁਣੀ ਜਦ ਜੈਵ ਦੀ ਗਈ ਕਿਲੇ ਜਾ ਚੀਰ, ਆਸਣ ਛੋੜ ਸਤਸੰਗ ਦਾ ਆਇਆ ਕਿਰਪਾਲ ਅਖੀਰ। ਅਗਰ ਸੇਵਕ ਦੇ ਦਿਲ ਅੰਦਰ ਸੱਚੀ ਪੁਕਾਰ ਹੈ, ਸੱਚੀ ਤੜਫ ਹੈ, ਕੋਈ ਤਾਕਤ ਨਹੀਂ ਕਿ ਉਸ ਗੁਰੂ ਨੂੰ ਰੋਕ ਸਕੇ, ਕੋਈ ਐਸੀ ਦੀਵਾਰ ਨਹੀਂ, ਕੋਈ ਐਸੀ ਦੂਰੀ ਨਹੀਂ ਕਿ ਜਿਹੜੀ ਉਸ ਨੂੰ ਰੋਕ ਸਕੇ। ਜਦ ਮੈਂ ਪਹਿਲੇ ਟੂਰ 'ਤੇ ਗਿਆ ਉਸ ਟਾਈਮ ਅਮਰੀਕਾ ਦੇ ਅੰਦਰ, ਮੈਂ ਬੜੇ ਪਿਆਰ ਨਾਲ ਦੱਸਿਆ ਕਿ ਮੈਂ ਆਪਣਾ ਕੋਈ ਮਿਸ਼ਨ ਲੈ ਕੇ ਨਹੀਂ ਆਇਆ, ਨਾ ਮੇਰਾ ਕੋਈ ਮਿਸ਼ਨ ਹੈ ਹੀ, ਮਿਸ਼ਨ ਹੈ ਉਹ ਸਾਵਣ ਕਿਰਪਾਲ ਦਾ ਹੈ। ਮੈਂ ਤੁਹਾਡੇ ਪਾਸ ਉਹਦਾ ਸੰਦੇਸ਼ ਲੈ ਕੇ ਆਇਆ, ਮੈਂ ਸੰਦੇਸ਼ 'ਚ ਹੀ ਆਇਆ। ਸਿਰਫ ਮੈਂ ਇੰਨਾ ਹੀ ਦੱਸਣਾ ਚਾਹੁੰਦਾ ਕਿ ਉਹ ਗੁਰੂ ਦੇ ਪਰਮਾਤਮਾ ਕਿਰਪਾਲ ਕੀ ਸੀ, ਉਹ ਕੀ ਦੇਣਾ ਚਾਹੁੰਦਾ ਸੀਗਾ, ਕਿਵੇਂ ਉਹਨੇ ਦੋਨਾਂ ਹੱਥਾਂ ਨਾਲ 25 ਸਾਲ ਦਾਤ ਲੁਟਾਈ। ਉਹਨੇ ਕਿਹਾ ਦੇਣੇ ਵਾਲੇ ਦਾ ਕਸੂਰ ਨਹੀਂ, ਮਸਲਾ ਲੈਣ ਵਾਲੇ ਦਾ ਹੈ। ਅਸੀਂ ਕੀ ਮੰਗਦੇ ਹਾਂ? ਕੋਈ ਕਹਿੰਦਾ ਮੈਂ ਮੇਰਾ ਬਿਮਾਰੀ ਦੂਰ ਹੋਵੇ, ਕੋਈ ਕਹਿੰਦਾ ਬੇਰੁਜ਼ਗਾਰੀ ਦੂਰ ਹੋਵੇ, ਕੋਈ ਕੁਛ ਮੰਗਦਾ, ਕੋਈ ਕੁਛ ਮੰਗਦਾ ਹੈ, ਲੇਕਿਨ ਰੱਬ ਤੋਂ ਰੱਬ ਮੰਗਣ ਵਾਲਾ, ਗੁਰੂ ਤੋਂ ਗੁਰੂ ਮੰਗਣ ਵਾਲਾ ਕੋਈ ਵਿਰਲਾ ਭਾਗ ਵਾਲਾ ਹੋਏਗਾ। ਮੈਂ ਸਦਾ ਹੀ ਉਸ ਦੇ ਅੱਗੇ ਖੜ ਕੇ, ਇਹ ਮੇਰੀ ਪਹਿਲੀ ਮੁਲਾਕਾਤ ਸੀ ਜਦੋਂ ਕਿਹਾ ਕਿ ਸੱਚੇ ਪਾਤਸ਼ਾਹ ਮੇਰਾ ਬਚਪਨੇ ਤੋਂ ਦਿਲ ਦਿਮਾਗ ਖਾਲੀ ਹੈ, ਮੈਂ ਨਹੀਂ ਕਹਿ ਸਕਦਾ ਕਿ ਮੈਂ ਤੇਥੋਂ ਕੀ ਮੰਗਾਂ ਜਾਂ ਤੈਨੂੰ ਕੀ ਕਵਾਂ। ਉਹ ਦਿਆਲੂ ਗੁਰੂ ਨੇ ਹੱਸ ਕੇ ਇਹ ਹੀ ਕਿਹਾ ਕਿ ਮੇਰੇ ਪਾਸ ਬੜੇ ਹੀ ਦਿਮਾਗੀ ਪਹਿਲਵਾਨ ਹੈ, ਦਿਮਾਗੀ ਕੁਸ਼ਤੀ ਕਰਨ ਵਾਲੇ ਬਹੁਤ ਹੈ, ਮੈਂ ਸਿਰਫ ਖਾਲੀ ਜਗ੍ਹਾ ਦੇਖ ਕੇ ਆਇਆ। ਉਹ ਖਾਲੀ ਜਗ੍ਹਾ ਪਹਾੜਦੇ ਫਿਰਦੇ ਆ, ਫਿਰ ਕਹਿੰਦੇ ਸੀ ਕੋਈ ਇਨਸਾਨ ਬਣੇ, ਭਗਵਾਨ ਉਹਦੀ ਤਲਾਸ਼ ਵਿੱਚ ਹੈ। ਮੈਂ ਆਹ ਹੀ ਬਾਹਰ ਸੰਸਾਰ ਵਿੱਚ ਦੱਸਣ ਵਾਸਤੇ ਗਿਆ ਸੀਗਾ। ਮੈਂ ਹੁਣ ਵੀ ਜੇ ਸੰਸਾਰ ਦੇ ਵਿੱਚ ਜਾਣਾ ਤਾਂ ਮੇਰਾ ਇਹੋ ਹੀ ਸੰਦੇਸ਼ ਹੈ, ਮੈਂ ਇਸ ਨੂੰ ਹੀ ਵਾਰ ਵਾਰ ਦੁਹਰਾਉਣਾ ਹੈ ਕਿ ਉਹ ਪਰਮਾਤਮਾ ਕਿਰਪਾਲ ਦਾ ਜੋ ਦਰਬਾਰ ਹੈ ਉਹ ਸਦਾ ਖੁੱਲ੍ਹਾ ਹੈ। ਉਹ ਅੱਜ ਵੀ ਓਨੀ ਦਇਆ ਕਰਦਾ ਹੈ ਜਿੰਨੀ ਕਿ ਕਿਸੇ ਵਕਤ ਉਹ ਦੇਹ ਵਿੱਚ ਆ ਕੇ ਕਰਦਾ ਸੀਗਾ। ਮਸਲਾ ਹੈ ਕਿ ਅਸੀਂ ਉਹਦੀ ਦਇਆ ਦੇ ਕਿੰਨੇ ਕੁ ਪਾਤਰ ਹੈ, ਅਸੀਂ ਕਿੰਨਾ ਕੁ ਬਰਤਨ ਬਣਾ ਲਿਆ ਹੈ। ਬੁੱਲੇ ਸ਼ਾਹ ਨੇ ਕਿਹਾ ਕਿ ਉਹ ਪ੍ਰਭ ਸਾਡਾ ਸਖੀ ਹੈ, ਅਸੀਂ ਸੇਵਾ ਕਰਨੀ ਅਸੂਮ,
वो सखी है देने वाला, असी सेवा की भजन सिमरन की तरफों सूम होए बैठे हैं, कंजूस होए बैठे हैं। हजार बहाना मन कटदा है जे अभ्यास बैठना है तो। सो इस वास्ते आप प्यार ना कहिंदे है कि ऐसे महात्मा संसार दे विच सदा आउंदे है, उन्हां बगैर संसार कदे खाली नहीं रहिंदा गा। लेकिन असी उन्हां नूं उदों ही परख सकते हैं जदों साडे अंदर विवेक बुद्धि पैदा हुंदी है। जिस तरह हंस की चुंझ दे अंदर यह तशीर हुंदी है, उहदी बनावट ही ऐसी हुंदी है कि दुध और पानी नूं अलग अलग कर लैंदा है। इस तरह ऐसी आत्मा के अंदर भी ऐसी कुसवट्टी हुंदी है कि वह सच्चे झूठे की फौरन परख कर लैंदा है। मैं ये भी दसदा है कि जब ऐसा शिष्य किसी पखंडी गुरु के कोले जा वड़दा है तो वह दूरों भजदा है कि हुण ये आ गया है। पूरे शिष्य के अगे पूरा गुरु ही टिकेगा। ये गल्लां दा मजबून नहीं, ये करनी दा मजबून है, देखण दा मजबून है। लेकिन साढ़े उत्ते प्रभाव की पैंदा, कबीर साहब ने कहा सीगा, फुट्टी अख बबेक बबेक की लिखे न संत असंत। साढ़े अंदरों बबेक बुद्धि नहीं, जिस वास्ते सानू संत और असंत का ज्ञान नहीं गा। जां के संग दस बीस है तां का नाम महंत। अज जमाना है जिदे पासी काफ़ी लोग इकट्ठे है, उन्होंने असी कहने ये पूरा है नहीं। महाराज सावण सिंह ने ऐसिया कहानियां सानू बचपने दे विच बहुत सारिया सुनाइया कि इकट्ठ का यह सबूत नहीं कि पूरा संत है। फिर वह कहते होंगे हरिद्वार दे विच कोई महात्मा नहीं, इकट्ठ उत्थे कितना हुंदा है। वो कहिंदे ये ना देखो कि उस स्कूल दे अंदर बच्चे ज़्यादा पढ़ते हैं, नहीं ये देखो कि किस स्कूल अंदर बच्चे पास ज़्यादा होंदे है। सो इस वास्ते वो कहिंदे होंदे सी जे ज़्यादा किसी कोई सत्संगी है तो किसी नूं ज़्यादा कोई शांति नहीं आएगी। फिर वो कहिंदे जे ये सोचिए कि सारे सिख हो जाण तो फिर शांति आ जाएगी, या सारे मुसलमान हो जाए तो फिर कड़ा शांति आ जाएगी। शांति तो नाम विच है, भजन सिमरन दे विच है। सो इस वास्ते असी गौर ना सुनना, छोटा जिहा शब्द गुरु नानक देव जी महाराज का सुनो। सोरठ मोहल्ला पहला पन्ना 598। जिस जल निद कारण तुम जग आए, सो अमरत गुर पाही जियो। जिस जल निद कारण तुम जग आए, सो अमरत गुर पाही जियो। हुण असी इस वस्तु नूं जिसनों किसे जगह गुरु नानक ने अमृत कहा, किते अकथ कथा कहा है, किसे महात्मा ने इस जिंदगी दा पानी करके भी बयान किया है, मुसलमान इसनों आबे हयात कह के भी बयान करते हैं, इहदी पहाड़ विच दुनिया ने कोई कसर नहीं छड्डेगी। मैं अपनी जिंदगी दे अंदर भी भगमे भी पाए, धूणियां भी तपाइयां, ना मैनू मसीत ना किरना रही मेरी जिंदगी च, ना शिवाले नाल, ना मैनू किसे मंदर ना, ना गुरद्वारे ना। मैं ये भी सदा दसदा रहा कि मैं जिथे जिथे गया जिहदे कोले अगर कुछ सी उसने मैथे लुकाउण की कोशिश नहीं की, क्योंकि मैं सच्चे दिलों जाके उहदे अगे बेनती करदा सीगा। जे किसे कोले कुछ नहीं तो उहने ये भी कहा कि भई मेरे पास इस चीज़ नहीं। मैं सदा ही दसदा हुंदा कि मैं कदे किसे दी आलोचना नहीं की, ये मेरे विच खास सी। तो इस वास्ते कादे वास्ते सी, सिर्फ इस अमृत की बूंद की खातर। लोग कन्न पड़ा लेंदे, मैं दसदा हुंदा
ਉਹਦੇ ਦਰਸ਼ਨ ਦੀ ਖਾਤਰ, ਇਸ ਬੂੰਦ ਦੀ ਖਾਤਰ ਲੱਖਾਂ ਲੋਕ ਫਕੀਰ ਹੋ ਜਾਂਦੇ ਆ, ਘਰ ਬਾਰ ਛੱਡ ਕੇ ਜੰਗਲਾਂ 'ਚ ਡੇਰੇ ਲਾ ਲੈਂਦੇ ਆ, ਸੁੱਕ ਕੇ ਅੰਨ ਘਟਾ ਲੈਂਦੇ ਆ, ਮੂੰਹ ਦਾ ਸਵਾਦ ਖਰਾਬ ਕਰ ਲੈਂਦੇ ਆ, ਹਰੜ ਦੀ ਤਰ੍ਹਾਂ ਹੋ ਜਾਂਦੇ ਆ। ਲੇਕਿਨ ਬਾਹਰੋਂ ਇਹ ਚੀਜ਼ ਕਿਸੇ ਨੂੰ ਮਿਲਦੀ ਨਹੀਂ, ਇਹ ਉੱਥੋਂ ਹੀ ਮਿਲਦੀ ਹੈ ਕਿ ਜਿਹਦੇ ਇਹ ਪਾਸ ਹੈ। ਲੋਕ ਕੰਨ ਪੜਾ ਲੈਂਦੇ ਹੈ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਆ, ਤੁਹਾਨੂੰ ਜਿਸ ਅੰਮ੍ਰਿਤ ਦੀ ਬੂੰਦ ਦੀ ਖੋਜ ਹੈ, ਜਿਹਦੇ ਨਾਲ ਤੁਹਾਡੀ ਆਤਮਾ ਨੂੰ ਸ਼ਾਂਤੀ ਆਏਗੀ, ਅਮਰ ਹੋਏਗੀ। ਅੰਮ੍ਰਿਤ ਉਸ ਚੀਜ਼ ਨੂੰ ਕਿਹਾ ਜਿਹਨੂੰ ਪੀ ਕੇ ਅਮਰ ਹੋ ਜਾਈਏ। ਉਸ ਦੀ ਗੁਰੂ ਨਾਨਕ ਨੇ ਮਹਿਮਾ ਕਰੀ ਹੈ, ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀਏ, ਮਨ ਸੁੱਕਾ ਹਰਿਆ ਹੋਏ ਰਾਮ। ਜਨਮਾਂ ਜਨਮਾਂਤਰਾਂ ਦੇ ਅੰਦਰ ਸਾਡਾ ਮਨ ਵਿਸ਼ੇ ਵਿਕਾਰਾਂ ਦੇ ਨਾਲ ਖੁਸ਼ਕ ਹੋ ਗਿਆ, ਸੁੱਕ ਗਿਆ। ਜਦ ਤੱਕ ਇਹਨੂੰ ਨਾਮ ਦਾ ਅੰਮ੍ਰਿਤ ਨਹੀਂ ਮਿਲਦਾ, ਇਹ ਉਸੇ ਹਾਲਤ ਵਿੱਚ ਨਹੀਂ ਹੋ ਸਕਦਾ ਗਾ। ਤੋ ਸਤਿਗੁਰੂ ਖੁਦ ਵੀ ਨਾਮ ਦਾ ਰਸ ਪੀਂਦਾ ਹੈ, ਉਹ ਵਿਸ਼ੇ ਵਿਕਾਰਾਂ ਦਾ ਰਸ ਨਹੀਂ ਪੀਂਦਾ ਗਾ। ਜਿਸ ਤਰ੍ਹਾਂ ਹੰਸ ਪਾਣੀ ਨਹੀਂ ਪੀਂਦਾ, ਉਹ ਦੁੱਧ ਪੀਂਦਾ ਹੈ, ਉਹ ਵੀ ਨਾਮ ਦਾ ਰਸ ਪੀਂਦਾ ਹੈ, ਵਿਸ਼ੇ ਵਿਕਾਰਾਂ ਦੇ ਰਸ ਤੋਂ ਉੱਪਰ ਹੁੰਦਾ ਹੈ। ਸੋ ਇਸ ਵਾਸਤੇ ਆਪ ਕਹਿੰਦੇ ਆ ਕਿ ਜਿਸ ਚੀਜ਼ ਦੀ ਤੁਹਾਨੂੰ ਖੋਜ ਹੈ, ਉਹ ਨਾ ਤੁਹਾਨੂੰ ਜੰਗਲਾਂ 'ਚੋਂ ਮਿਲਣਾ, ਨਾ ਪਹਾੜਾਂ 'ਚੋਂ ਮਿਲਣਾ ਹੈ, ਨਾ ਕੋਈ ਖਾਸ ਕਿਸਮ ਦਾ ਭੇਸ ਧਾਰਨਾ ਮਿਲਣਾ ਹੈ। ਉਹ ਕਿਸੇ ਪੂਰੇ ਮਹਾਤਮਾ ਕੋਲ ਜਾਓ, ਉਹ ਤੁਹਾਨੂੰ ਦੱਸੇਗਾ ਕਿ ਕਿਸ ਤਰ੍ਹਾਂ ਤੁਹਾਡੇ ਅੰਦਰ ਉਹ ਅੰਮ੍ਰਿਤ ਹੈ। ਸਾਡੇ ਸਰੀਰ ਦੀਆਂ ਦੋ ਮੰਜ਼ਲਾਂ ਹਨ, ਇੱਕ ਅੱਖਾਂ ਤੋਂ ਨੀਚੇ ਹੈ, ਇੱਕ ਅੱਖਾਂ ਤੋਂ ਉੱਪਰ ਹੈ। ਨੀਚੇ ਵਾਲੇ ਭਾਗ ਦੇ ਕਹਿੰਦੇ ਕਿ ਨੌ ਦਰਵਾਜ਼ੇ ਹੈ, ਨੌ ਸੁਰਾਖ ਹੈ, ਦੋ ਅੱਖਾਂ ਦੇ ਸੁਰਾਖ ਹੈ, ਦੋ ਕੰਨ ਦੇ ਸੁਰਾਖ ਹੈ, ਮੂੰਹ ਦੇ ਸੁਰਾਖ ਹੈ, ਨੱਕ ਦੇ ਦੋ ਸੁਰਾਖ ਹੈ, ਹੇਠ ਦੋ ਇੰਦਰੀਆਂ ਦੇ ਸੁਰਾਖ ਹੈ। ਇਹਨਾਂ ਵਿੱਚ ਜਿੰਨੇ ਵੀ ਰਸ ਹੈ ਇਹ ਸਾਰੇ ਫਿੱਕੇ ਹੈ, ਔਰ ਜਿੱਥੋਂ ਅੰਮ੍ਰਿਤ ਮਿਲਣਾ ਹੈ ਉਹ ਸਾਡੀਆਂ ਅੱਖਾਂ ਤੋਂ ਉੱਪਰ ਹੈ, ਰਸ ਦਾ ਭਰਿਆ। ਤੋ ਕਹਿੰਦੇ ਨੌ ਦੁਆਰੇ ਸਿਮਰਨ ਦੇ ਜ਼ਰੀਏ ਖਾਲੀ ਕਰੋ, ਅੱਖਾਂ ਦੇ ਪਿੱਛੇ ਤੀਸਰੇ ਤਿਲ ਦੇ ਉੱਤੇ ਆਓ ਜਿੱਥੇ ਕੋਈ ਅੰਮ੍ਰਿਤ ਵਰਸ ਰਿਹਾ ਹੈ। ਨੌ ਦਰ ਧਾਵਤ ਨਵੇਂ ਦਰ ਫੀਕੇ ਤੇ ਫਿੱਕੇ ਹੈ, ਰਸ ਅੰਮ੍ਰਿਤ ਦਸਵੇਂ ਚੀਜੇ, ਉਹ ਰਸ ਦਾ ਭਰਿਆ ਅੰਮ੍ਰਿਤ ਜਿਹੜਾ ਹੈ ਉਹ ਆਪਣੀ ਆਤਮਾ ਤੋਂ ਪਹਿਲਾਂ ਅਸਥੂਲ ਸੂਕਸ਼ਮ ਕਾਰਨ ਤਿੰਨੇ ਪੜਦੇ ਲਓ। ਫਿਰ ਮੈਂ ਦੱਸਦਾ ਵੀ ਹੁੰਦਾ ਹੈ ਕਿ ਪਿਆਰੇ ਉਹ ਅੰਮ੍ਰਿਤ ਸਿਰਫ ਅੱਖਾਂ 'ਚ ਛਿੱਟੇ ਮਾਰਨ ਯੋਗ ਰਹੇ ਨਹੀਂ ਗਾ, ਬਲਕਿ ਜਿਹੜੇ ਮਹਾਤਮਾ ਅੰਦਰ ਜਾਂਦੇ ਆ, ਗੁਰੂ ਨਾਨਕ ਕਹਿੰਦਾ ਹੈ, ਅੰਦਰ ਖੁੰਟਾ ਅੰਮ੍ਰਿਤ ਭਰਿਆ ਸ਼ਬਦੇ ਕਾਢ ਪੀਏ ਪਨਹਾਰੀ, ਤੁਹਾਡੇ ਅੰਦਰ ਤਾਂ ਅੰਮ੍ਰਿਤ ਦਾ ਖੂਹ ਲੱਗਿਆ ਹੋਇਆ ਹੈ, ਲੇਕਿਨ ਸ਼ਬਦ ਨਾਮ ਦੀ ਕਮਾਈ ਨਹੀਂ ਪੀ ਸਕਦੇ। ਖੁਦ ਵੀ ਪੀ ਸਕਦੇ ਹੋ, ਹੋਰਾਂ ਨੂੰ ਵੀ ਪਿਆ ਸਕਦੇ ਹੋ। ਆਪ ਤਰੇ ਜਨ ਸਗਲੇ ਕੁਲ ਤਾਰੇ, ਆਪ ਤਰ ਜਾਂਦਾ ਹੈ, ਹੋਰਾਂ ਨੂੰ ਵੀ ਤਾਰ ਜਾਂਦਾ ਹੈ। ਇਸ ਵਾਸਤੇ ਆਪ ਪਿਆਰ ਨਾਲ ਕਹਿੰਦੇ ਹੈ, ਲੇਕਿਨ ਉਹ ਪਹਿਲਾਂ ਜਿਹੜਾ ਸਾਡਾ ਅੰਮ੍ਰਿਤ ਹੈ ਉਹ ਵਿਸ਼ੇ ਵਿਕਾਰ ਇੰਦਰੀਆਂ ਦੇ ਭੋਗਾਂ ਵਿੱਚ ਸਾਡਾ ਖਰਚ ਹੋ ਰਿਹਾ ਹੈ। ਤੋ ਕਹਿੰਦੇ ਉਹ ਭਰਿਆ ਅੰਮ੍ਰਿਤ ਦਾ ਰਸ, ਸੰਤ ਕਹਿੰਦੇ ਉੱਪਰ ਜਾ ਕੇ ਭਾਈ ਤੈਨੂੰ ਮਿਲੇਗਾ। ਤੇ ਇਸ ਵਾਸਤੇ ਆਪ ਅੱਗੇ ਦੱਸਦੇ ਆ ਕਿ ਕਿਹੜੇ ਕਿਹੜੇ ਕਰਮ ਛੱਡੇਗਾ ਤਾਂ ਮਾਲਕ ਅੰਦਰ ਬੂਹਾ ਖੋਲੇਗਾ। ਹਾਂ ਬਾਈ, ਜਿਸ ਜਲ ਨਿਧ ਕਾਰਨ ਤੁਮ ਜਾਗਿਆ ਸੋ ਅੰਮ੍ਰਿਤ ਗੁਰ ਪਾਹੀ ਜੀਓ, ਛੋਡੋ ਵੇਸ ਭੇਖ ਚਤੁਰਾਈ, ਦੁਬਿਧਾ ਇਹ ਫਲ ਨਾਹੀ ਜੀਓ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਕਰਮਾਂ ਦਾ ਜ਼ਿਕਰ ਕਰਦੇ ਹੈ ਕਿ ਜਿਹੜੇ ਅਸੀਂ ਆਮ ਤੌਰ ਦੇ ਉੱਤੇ ਲੋਕ ਕਰਮ ਕਮਾਉਂਦੇ ਹੈ,
ਮੈਂ ਉੱਪਰ ਵੀ ਦੱਸਿਆ ਸੀ, ਕੰਨ ਪੜਾਉਣੇ ਆ, ਪਗਵੇਂ ਕੱਪੜੇ ਪਾਉਣੇ ਆ, ਕਿਸੇ ਖਾਸ ਸਮਾਜ ਦੇ ਵਿੱਚ ਦਾਖਲ ਹੁੰਦੇ ਆ, ਇਸ ਕਾਹਦੇ ਵਾਸਤੇ ਵੀ ਸਾਨੂੰ ਉਹ ਅੰਮ੍ਰਿਤ ਮਿਲ ਜਾਵੇ। ਚਿਤਰਾਈਆਂ ਕਰਦੇ ਹਾਂ ਆਪਣੇ ਕੰਮ ਦੀ ਸਾਡਾ ਨਿਕਲ ਆਵੇ, ਠੱਗੀਆਂ ਮਾਰਦੇ ਹਾਂ, ਕੀ ਨਹੀਂ ਕਰਦੇ ਗਏ, ਤੋ ਕਹਿਣ ਲੱਗੇ ਇਹਨਾਂ ਚੀਜ਼ਾਂ ਨੂੰ ਛੱਡੋ, ਛੋਡੋ ਭੇਖ ਵੇਖ ਚਿਤਰਾਈ। ਇਹ ਬਾਹਰਲਾ ਜਿਤਨਾ ਵੀ ਭੇਖ ਹੈ, ਭੇਖ ਧਾਰਨ ਦੇ ਨਾਲ ਅਗਰ ਪਰਮਾਤਮਾ ਮਿਲਦਾ ਹੋਵੇ ਤਾਂ ਬੈਰੂਪੀਏ ਜਿਹੜੇ ਹੈਗੇ ਆ ਉਹ ਪਰਮਾਤਮਾ ਨੂੰ ਫਸਾ ਲੈਣ। ਅਗਰ ਪਾਣੀ ਦੇ ਵਿੱਚ ਨਹਾਉਣ ਨਾਲ ਮਿਲਦਾ ਹੋਵੇ ਤਾਂ ਡੱਡੂ ਮੱਛੀਆਂ ਨੂੰ ਬੁਲਾ ਲੈਣ। ਤੋ ਆਪ ਕਹਿਣ ਲੱਗੇ ਛੋਡੋ ਵੇਖ ਭੇਸ ਚਿਤਰਾਈ। ਅਗਰ ਉਹ ਚਿਤਰਾ ਨੂੰ ਮਿਲਦਾ ਹੁੰਦਾ ਤਾਂ ਭੋਲੇ ਲੋਕ ਵਿਚਾਰੇ ਰਹਿ ਜਾਂਦੇ ਹੈ। ਤੋ ਆ ਪਿਆਰ ਨਾਲ ਕਹਿੰਦੇ ਆ ਇਹਨਾਂ ਨੂੰ ਛੱਡ ਦਿਓ। ਤੀਸਰੀ ਗੱਲ ਕਿਹੜੀ ਹੈ? ਦੁਬਧਾ ਨੂੰ ਛੱਡ ਦਿਓ। ਦੁਬਧਾ ਮੈਂ ਦੋਨੋ ਗਏ, ਮਾਇਆ ਮਿਲੀ ਨਾ ਰਾਮ। ਦੋ ਘੋੜਿਆਂ ਤੇ ਚੜ ਕੇ ਕਦੇ ਵੀ ਕੋਈ ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ ਗਾ। ਪਹਿਲਾਂ ਜਿਤਨੀ ਮਰਜ਼ੀ ਖੋਜ ਕਰੋ, ਇੱਕ ਵਾਰੀ ਨਹੀਂ ਹਜ਼ਾਰੋਂ ਵਾਰੀ ਕਰੋ, ਲੇਕਿਨ ਜਦ ਸ਼ਰਨ ਲੈ ਲਈ ਹੈ ਸਾਰੀ ਦੁਨੀਆ ਇੱਕ ਪਾਸੇ ਹੋ ਜਾਵੇ ਫਿਰ ਦੁਬਧਾ ਨਾ ਲਿਆਓ। ਤੇ ਦੁਬਧਾ ਇਹ ਫਲ ਨਾ ਹੀ ਜੀਓ। ਗੁਰੂ ਸਾਹਿਬ ਕਹਿੰਦੇ ਅਗਰ ਤੁਸੀਂ ਦੁਬਧਾ ਦੇ ਵਿੱਚ ਹੋ ਇਹ ਤੁਹਾਨੂੰ ਨਾਮ ਦਾ ਫਲ, ਨਾਮ ਦਾ ਮੇਵਾ ਜੋ ਗੁਰੂ ਨੇ ਦੱਸਿਆ ਉਹ ਮਿਲੇਗਾ ਨਹੀਂ ਜੀ। ਛੋਡੋ ਇਸ ਭੇਖ ਚਤੁਰਾਈ, ਦੁਬਧਾ ਇਹ ਫਲ ਨਾਹੀ ਜੀਓ। ਮਨ ਰੇ ਥਿਰ ਰਹੁ ਮਤ ਕਤ ਜਾਹੀ ਜੀਓ। ਮਨ ਰੇ ਥਿਰ ਰਹੁ ਮਤ ਕਤ ਜਾਹੀ ਜੀਓ। ਜਿਹੜਾ ਮਨ ਪਹਿਲਾਂ ਵਿਸ਼ੇ ਵਿਕਾਰਾਂ ਦੇ ਅੰਦਰ ਹਿਰਨ ਦੀ ਤਰ੍ਹਾਂ ਭਟਕਦਾ ਫਿਰਦਾ ਸੀ, ਜਦੋਂ ਸਿਮਰਨ ਦੇ ਜ਼ਰੀਏ ਅਸੀਂ ਤੀਸਰੇ ਤਿਲ 'ਤੇ ਇਸ ਨੂੰ ਲੈ ਜਾਂਦੇ ਹਾਂ, ਉਸ ਤੋਂ ਵੀ ਉੱਪਰ ਅਸਥੂਲ ਸੂਖਸ਼ਮ ਦੇ ਵਿੱਚ ਚਲੇ ਜਾਂਦੇ ਹਾਂ, ਬਰਮ ਦੇ ਵਿੱਚ ਜਾਂਦੇ ਹਾਂ, ਤਿਰਕੁਟੀ ਦੇ ਰਹਿਣ ਵਾਲਾ ਹੈ, ਫਿਰ ਇਹ ਵੀ ਥਿਰ ਹੋ ਜਾਂਦਾ, ਇਹ ਭਟਕਣਾ ਛੱਡ ਜਾਂਦਾ। ਇਹ ਉਤਨਾ ਚਿਰ ਹੀ ਭਟਕਦਾ ਹੈ ਜਿੰਨਾ ਚਿਕਰ ਆਪਣੇ ਘਰ ਤੋਂ ਇਹ ਬੇਘਰ ਹੈ। ਪਾਗਲ ਨੂੰ ਆਪਾਂ ਜਿੰਨਾ ਮਰਜ਼ੀ ਹੈ ਬਾਹਰ ਸਮਝਾਈਏ ਉਹ ਕਦੇ ਵੀ ਸਮਝੇਗਾ ਨਹੀਂ। ਜੇ ਉਸ ਨੂੰ ਉਹਦੇ ਘਰ ਲਿਆਈਏ ਥੋੜ੍ਹਾ ਬਹੁਤਾ ਚਿਰ ਤਾਂ ਉਹ ਅਸ਼ਾਂਤ ਜਾਂ ਇੱਧਰ ਉੱਧਰ ਦੇਖੇਗਾ, ਫਿਰ ਹੌਲੀ ਹੌਲੀ ਉਸ ਘਰ ਦੇ ਅੰਦਰ ਕੋਈ ਸਮਾਨ ਵੀ ਪਿਆ ਹੁੰਦਾ ਉਹਦਾ ਆਖਰ ਉਹ ਸਮਾਨ ਕੰਨੀ ਖਿਆਲ ਹੋ ਜਾਂਦਾ ਹੈ ਵੀ ਕੀ ਸਮਾਨ ਪਿਆ ਹੈ। ਕੋਈ ਨਾ ਕੋਈ ਵਸਤੂ ਉਹ ਮੂੰਹ ਵਿੱਚ ਵੀ ਪਾਉਂਦਾ ਹੈ ਕਿ ਦੇਖੀਏ ਖੱਟੀ ਹੈ ਮਿੱਠੀ ਹੈ ਇਹਦਾ ਜ਼ਾਇਕਾ ਕੈਸਾ ਹੈ। ਉੱਥੇ ਸਾਰਾ ਸਮਾਨ ਮਿੱਠਾ ਰੱਖਿਆ ਹੁੰਦਾ ਹੈ ਕਿ ਇਹ ਉਹ ਕਿਵੇਂ ਨਾ ਕਿਵੇਂ ਖਾਵੇ, ਅਗਰ ਥੋੜ੍ਹਾ ਜਿਹਾ ਵੀ ਖਾਏਗਾ ਇਹ ਰਸ ਐਸਾ ਉਹਨੇ ਕਦੇ ਦੇਖਿਆ ਨਹੀਂ ਹੋਏਗਾ। ਤਾਂ ਫਿਰ ਮਨ ਜਿਹੜਾ ਹੈ ਉਹ ਪਾਗਲ ਜਿਹੜਾ ਹੈ, ਮਨ ਵੀ ਪਾਗਲਾਂ ਦੀ ਤਰ੍ਹਾਂ ਦੌੜਿਆ ਫਿਰਦਾ ਹੈ, ਉਹ ਥਿਰ ਹੋ ਜਾਂਦਾ ਹੈ। ਭਾਵੇਂ ਦੁਨੀਆ ਦੇ ਬਾਹਰ ਜਿੰਨੇ ਮਰਜ਼ੀ ਕੋਈ ਰਸ ਕਸ ਦੇ ਦੇਵੇ ਉਹ ਕਦੇ ਵੀ ਡੋਲੇਗਾ ਨਹੀਂ, ਬਾਹਰ ਨਹੀਂ ਜਾਏਗਾ ਜੀ। ਮਨ ਰੇ ਥਿਰ ਰਹੁ ਮਤ ਕਤ ਜਾਹੀ ਜੀਓ। ਮਨ ਰੇ ਥਿਰ ਰਹੁ ਮਤ ਕਤ ਜਾਹੀ ਜੀਓ। ਬਾਹਰ ਢੂੰਡਤ ਬਹੁਤ ਦੁੱਖ ਪਾਵੇ, ਕਰ ਅੰਮ੍ਰਿਤ ਘਟ ਮਾਹੀ ਜੀਓ। ਜਿੰਨੇ ਵੀ ਅਸੀਂ ਆਪਦੇ ਘਰ ਤੋਂ ਦੂਰ ਜਾਂਦੇ ਹਾਂ ਉਹਨੇ ਕਸ਼ਟ ਹੀ ਕਸ਼ਟ ਹੈ, ਮੁਸੀਬਤਾਂ ਹੀ ਮੁਸੀਬਤਾਂ ਹੁੰਦੀਆਂ ਹੈ। ਲੋਕਾਂ ਨੇ ਬਾਹਰ ਖੋਜਣ ਦੀ ਕੋਈ ਕਸਰ ਨਹੀਂ ਛੱਡੀ ਹੁੰਦੀ, ਕਿੱਥੇ ਅਰਬ ਦੇ ਅੰਦਰ ਮੱਕਾ ਹੈ, ਰੇਗਿਸਤਾਨ ਹੈ, ਸਾਰੇ ਅਸੀਂ ਉੱਥੇ ਜਿਹੜੇ ਜਾਂਦੇ ਹੈ ਲੋਕ ਉਹ ਸਾਰੇ ਉਸ ਪਰਮਾਤਮਾ ਦੀ ਖੋਜ ਵਿੱਚ ਹੀ ਜਾਂਦੇ ਹੈ। ਕਿਹਦਾ ਦਿਲ ਕਰਦਾ ਕਿ ਅਸੀਂ ਇਤਨੇ ਪੈਸੇ ਲਾਈਏ? ਜਗਨਨਾਥ ਜਾਂਦੇ ਹੈ ਉੱਥੇ ਵੀ ਅਸੀਂ ਕਿਸ ਤਰ੍ਹਾਂ
ਬਰਫੀਲੀ ਜਗ੍ਹਾ ਵਿੱਚ ਜਾਂਦੇ ਹਾਂ ਕਾਹਦੇ ਵਾਸਤੇ ਵੀ ਉਹ ਪਰਮਾਤਮਾ ਦੀ ਖੋਜ ਵਾਸਤੇ ਜਾਂਦੇ ਹਾਂ ਕੋਈ ਐਸੀ ਜਗ੍ਹਾ ਨਹੀਂ ਜਿੱਥੇ ਅਸੀਂ ਲੋਕ ਖੋਜ ਨਹੀਂ ਕਰਦੇ ਜਾਂਦੇ ਨਹੀਂ ਗੇ ਸੱਚਾਈ ਇਹ ਹੈ ਅਗਰ ਉਸ ਜਗ੍ਹਾ ਸਾਨੂੰ ਇਹ ਵਸਤੂ ਨਾਮ ਦੀ ਮਿਲਦੀ ਸਾਨੂੰ ਸ਼ਾਂਤੀ ਆਉਣੀ ਹੁੰਦੀ ਹੈ ਜਿਹੜੇ ਉੱਥੇ ਪੁਜਾਰੀ ਰਹਿੰਦੇ ਹੈ ਤੁਸੀਂ ਸੋਚ ਕੇ ਦੇਖ ਲਓ ਠੰਡੇ ਦਿਲ ਨਾਲ ਮੈਨੂੰ ਜਾਣ ਦਾ ਹਰ ਜਗ੍ਹਾ ਮੌਕਾ ਮਿਲਿਆ ਹੈ ਸਿਰਫ ਉਹ ਲੋਕਾਂ ਨੂੰ ਹੀ ਕਹਿੰਦੇ ਹੈ ਪਰਮਾਤਮਾ ਦੀਆਂ ਗੱਲਾਂ ਲੇਕਿਨ ਖੁਦ ਪਰਮਾਤਮਾ ਤੋਂ ਦੂਰ ਹੈ ਖੁਦ ਉਹਨਾਂ ਦੇ ਮਨ ਨੂੰ ਸ਼ਾਂਤੀ ਨਹੀਂ ਅਗਰ ਪੁਜਾਰੀਆਂ ਨੂੰ ਸ਼ਾਂਤੀ ਹੋਵੇ ਭਾਈਆਂ ਨੂੰ ਹੋਵੇ ਪਾਦਰੀਆਂ ਨੂੰ ਹੋਵੇ ਮੁੱਲਾਂ ਨੂੰ ਹੋਵੇ ਅੱਜ ਕਿਉਂ ਲੋਕ ਲੜਨ ਇੱਕ ਦੂਸਰੇ ਦੇ ਖੂਨ ਦੇ ਪਿਆਸੇ ਕਿਉਂ ਹੋਣ ਸਾਰੇ ਸੰਸਾਰ ਵਿੱਚ ਉਹ ਪ੍ਰਭੂ ਦੀ ਪੂਜਾ ਹੋਵੇ ਪ੍ਰਭੂ ਦੀ ਭਗਤੀ ਹੋਵੇ ਸਭ ਦਾ ਪਿਆਰ ਹੋਵੇ ਇਸ ਵਾਸਤੇ ਆਪ ਪਿਆਰ ਨਾਲ ਕਹਿੰਦੇ ਹੈ ਬਾਹਰ ਢੂੰਡ ਜਿੰਨੇ ਵੀ ਅਸੀਂ ਬਾਹਰ ਢੂੰਡਣਗੇ ਉਹਨੇ ਜਿਹੜੇ ਸਰੀਰ ਤੇ ਕਸ਼ਟ ਚੱਲੇ ਉਹ ਤਾਂ ਚੱਲੇ ਹੀ ਲੇਕਿਨ ਜਿਹੜੀ ਆਤਮਾ ਵਿੱਚ ਬੇਚੈਨੀ ਹੋਈ ਉਹ ਅਲੱਗ ਹੋ ਗਈ ਗੁਰੂ ਨਾਨਕ ਕਹਿੰਦੇ ਜੇਤਾ ਪੜਿਆ ਤੇਤਾ ਕੜਿਆ ਬਹੁ ਤੀਰਥ ਪਵਿਆ ਤੇਤੋ ਲਵਿਆ ਬਹੁ ਭੇਖ ਕੀਆ ਦੇਹੀ ਦੁੱਖ ਦੀਆ ਸੋਭੇ ਜੀਆ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਬਹੁ ਦੁੱਖ ਪਾਇਆ ਦੂਜਾ ਪਾਇਆ ਵਸਤਰ ਨਾ ਪੈਰਾ ਐਨਿਸ ਕਹਿਰੈ ਮੋਨ ਬਗੁੱਤਾ ਕਿਉਂ ਜਾਗਾ ਗੁਰਬਿਨ ਸੁੱਤਾ ਬਾਹਰ ਢੂੰਡਤ ਬਹੁਤ ਦੁੱਖ ਪਾਵੇ ਕਰੇ ਅੰਮ੍ਰਿਤ ਘਟ ਮਾਹੀ ਜੀਓ ਆਵੇ ਗੁਣ ਛੋੜ ਗੁਣਾ ਕੋ ਤਾਵੋ ਕਰੇ ਆਵੇ ਗੁਣ ਪਛਤਾਹੀ ਜੀਓ ਕੀ ਕਰੋ ਗੁਣ ਗ੍ਰਹਿਣ ਦੀ ਆਦਤ ਪਾਓ ਗੁਰੂ ਨਾਨਕ ਸਾਹਿਬ ਕਹਿੰਦੇ ਹੈ ਅਗਰ ਸਾਨੂੰ ਗੁਣ ਗ੍ਰਹਿਣ ਦੀ ਆਦਤ ਪੈ ਜਾਵੇ ਤਾਂ ਅਸੀਂ ਕਿਸੇ ਦੀ ਨਿੰਦਿਆ ਜੈਸੇ ਮੈਂ ਉੱਪਰ ਦੱਸ ਕੇ ਆਇਆ ਸੀ ਕਿ ਮੈਨੂੰ ਆਦਤ ਸੀ ਮੈਂ ਜਿਸ ਥਾਂ 'ਤੇ ਵੀ ਗਿਆ ਮੈਂ ਉਹਦੀ ਨਿੰਦਿਆ ਨਹੀਂ ਕੀਤੀ ਇਹ ਗੁਣ ਗ੍ਰਹਿਣ ਦੀ ਜਦੋਂ ਆਦਤ ਪੈ ਜਾਂਦੀ ਹੈ ਸਮਝ ਲਓ ਵੀ ਇਹ ਸਾਡਾ ਰਸਤਾ ਜਿਹੜਾ ਚੱਲ ਪਿਆ ਹੈ ਸਾਡੀ ਸੜਕ ਸਾਫ਼ ਹੋ ਰਹੀ ਹੈ ਅਸੀਂ ਪਾਪਾਂ ਦੀ ਨਗਰੀ ਵਿੱਚ ਆਏ ਹਾਂ ਦੁੱਖਾਂ ਦੀ ਨਗਰੀ ਵਿੱਚ ਆਏ ਹਾਂ ਅਸ਼ਾਂਤੀ ਨਗਰੀ ਦੇ ਵਿੱਚ ਆਏ ਹਾਂ ਇੱਥੇ ਕੋਈ ਹੱਥ ਦੇ ਵਿੱਚ ਕੋਲਾ ਲੈ ਕੇ ਇਹ ਕਵੇ ਕਿ ਮੈਂ ਹੱਥ ਕਾਲਾ ਨਹੀਂ ਹੋਣ ਦੇਵੇਗਾ ਜਦ ਇਹਨੂੰ ਮਹਾਤਮਾ ਨੇ ਨਗਰੀ ਦੁੱਖਾਂ ਦੀ ਕਿਹਾ ਹੈ ਗੁਰੂ ਨਾਨਕ ਕਹਿੰਦੇ ਸਾਰੀ ਦੁਨੀਆ ਦੁਖੀ ਹੈ ਮੈਂ ਕਿਹਦਾ ਨਾਂ ਲਵਾਂ ਇੱਥੇ ਅਸੀਂ ਕਿਸ ਤਰ੍ਹਾਂ ਸੌਖੇ ਹੋ ਸਕਦੇ ਹਾਂ ਇਹ ਕਿਉਂ ਸਾਨੂੰ ਦੁੱਖ ਮਿਲਦੇ ਹੈ ਸਾਡੇ ਆਪਣੇ ਕਰਮਾਂ ਦੇ ਹੈ ਪਰਮਾਤਮਾ ਦਾ ਤਾਂ ਕਿਸੇ ਨਾਲ ਕੋਈ ਵੈਰ ਨਹੀਂ ਗਾ ਉਹਦੀ ਕੋਈ ਦੁਬਧਾ ਨਹੀਂ ਗੀ ਲੇਕਿਨ ਸਾਡੇ ਆਪਣੇ ਕਰਮਾਂ ਦੇ ਦੁੱਖ ਹੈ ਜਿਹੜੇ ਸਾਨੂੰ ਭੋਗਣੇ ਪੈਂਦੇ ਹੈ ਇੱਕੋ ਹੀ ਸਾਧਨਾ ਇਹਨਾਂ ਤੋਂ ਬਚਣ ਦਾ ਕਰ ਅਵਗੁਣ ਪਛਤਾਹੀ ਜੀ ਆ ਪਛਤਾਵਾ ਅਸੀਂ ਕਦੋਂ ਕਰਦੇ ਹਾਂ ਮੂੰਹ ਨਾ ਕਹਿ ਲਈਏ ਅੰਦਰ ਨਹੀਂ ਮੰਨਦਾ ਗਾ ਮੂੰਹ ਨਾ ਕਹਿ ਲੈਂਦੇ ਹਾਂ ਅੰਦਰ ਨਹੀਂ ਮੰਨਦਾ ਗਾ ਇਹ ਉਦੋਂ ਮੰਨਦਾ ਹੈ ਜਦੋਂ ਅਸੀਂ ਸ਼ਬਦ ਦੇ ਨਾਲ ਮਨ ਮਹੀਨ ਕਰ ਲੀਜੀਏ ਜਦ ਪੀ ਲਾਗੇ ਹੱਥ ਪਲਟੂ ਸਾਹਿਬ ਨੇ ਕਿਹਾ ਜਦ ਅਸੀਂ ਮਨ ਨੂੰ ਮਹੀਨ ਪੀਸ ਕੇ ਸਿਮਰਨ ਦੇ ਨਾਲ ਫਿਰ ਅੰਦਰੋਂ ਇਹ ਅਰਦਾਸ ਕਰਦਾ ਹੈ ਕਿ ਮੈਂ ਵਾਕਈ ਪਾਪ ਕੀਤੇ ਤੁਸੀਂ ਸੰਤਾਂ ਦੀਆਂ ਬਾਣੀਆਂ ਪੜ੍ਹ ਕੇ ਦੇਖ ਲਓ ਗੁਰੂ ਸਾਹਿਬ ਕਹਿੰਦੇ ਹਮ ਅਵਗੁਣ ਭਰੇ ਏਕ ਗੁਣ ਨਾਹੀਂ ਅੰਮ੍ਰਿਤ ਛੋੜ ਬਿਖੇ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸੁਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣੇ ਗੁਰੂ ਸੰਗਤ ਤੈ ਮਿਲਤ ਜਮ ਤਰਾਸ ਮਿਟਾਈ ਇਹ ਜਿਹੜੇ ਪੰਡਿਤ ਸਨ ਪਾਠ ਜਿਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਹੈ ਇਹ ਉਸ ਜਵਾਨੇ ਦੇ ਅੱਛੇ ਪੜ੍ਹੇ ਲਿਖੇ ਪੰਡਿਤ ਸਨ ਕਾਂਸੀ ਦੇ ਜਦ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸੰਗਤ ਵਿੱਚ ਆਏ ਫਿਰ ਉਹਨਾਂ ਨੇ ਕਿਹਾ ਵਰਸ ਏਕ ਹੋ ਫਿਰੇ ਕਿਨੇ ਨਾ ਪਰਚਾ ਲਾਏ ਉਹ ਜਿਹੜੀ ਉਹਨਾਂ ਨੇ ਖੋਜ ਸੀ ਉਹ ਸਾਰੀ ਦੱਸੀ ਕਿਸ ਤਰ੍ਹਾਂ ਅਸੀਂ ਇੱਕ ਸਾਲ ਫਲਾਣੇ ਥਾਂ ਅਸੀਂ ਲਾਇਆ ਕਿਸੇ ਨੇ ਸਾਨੂੰ ਅੰਦਰ ਦਾ ਪਰਚਾ ਨਾ ਦਿੱਤਾ ਸੰਨਿਆਸੀ ਤਪੱਸ਼ੀ ਮੁੱਖੋ ਇਹ ਪੰਡਿਤ ਮਿੱਠੇ
ਉਹ ਕਹਿਣ ਲੱਗੇ ਲੋਕ ਬੜੇ ਮੂੰਹ ਦੇ ਪੁਜਾਰੀ ਮਿੱਠੇ ਹੈ, ਇਹਨਾਂ ਨੂੰ ਵੀ ਮਿਲੇ। ਪਰ ਖੋਜਦੇ ਖੋਜਦੇ ਕਹਿਣ ਲੱਗੇ ਸੀ ਤੇਰੀ ਸ਼ਰਨ ਵਿੱਚ ਆਏ। ਉੱਥੇ ਆ ਕੇ ਕਿਹਾ ਸੀ ਔਗਣਾਂ ਦੇ ਭਰੇ ਹੈ, ਸਾਡੇ ਵਿੱਚ ਇੱਕ ਵੀ ਗੁਣ ਨਹੀਂ ਗਾ। ਅਸੀਂ ਜੋ ਨਾਮ ਦਾ ਅੰਮ੍ਰਿਤ ਸੀਗਾ ਉਹ ਛੱਡ ਦਿੱਤਾ, ਵਿਸ਼ਿਆਂ ਦਾ ਰਸ ਪੀਤਾ। ਤੇਰੀ ਉੱਤਮ ਸੰਗਤ ਸੁਣੀ ਵੀ ਤੇਰੀ ਸੰਗਤ ਚ ਹੀ ਉਧਾਰ ਹੋ ਸਕਦਾ, ਅਸੀਂ ਤਾਂ ਤੇਰੇ ਪਾਸ ਆਏ ਹਾਂ। ਹੇ ਗੁਰੂ ਰਾਮਦਾਸ, ਸਾਨੂੰ ਆਪਣੀ ਸ਼ਰਨ ਵਿੱਚ ਰੱਖ। ਸੱਚਾ ਪਛਤਾਵਾ ਉਸ ਵੇਲੇ ਹੀ ਹੁੰਦਾ ਹੈ ਜਦੋਂ ਅਸੀਂ ਪੂਰੇ ਸੰਤ ਪਾਸ ਜਾਂਦੇ ਹਾਂ, ਸਾਡੇ ਜਿਹੜੇ ਪਾਪ ਉਹ ਕੰਬ ਉੱਠਦੇ ਹੈ। ਸੋ ਇਸ ਵਾਸਤੇ ਆਪ ਕਹਿੰਦੇ ਤੁਸੀਂ ਅਵਗੁਣ ਪਛਤਾਹੀ ਜੀਓ, ਤੇ ਸੰਤ ਸਾਨੂੰ ਮਾਫ਼ੀ ਦਿਵਾਉਣ ਵਾਸਤੇ ਆਉਂਦੇ ਹੈ। ਮੈਂ ਸਦਾ ਹੀ ਦੱਸਦਾ ਹੁੰਦਾ ਕਿ ਉਹਨਾਂ ਦਾ ਕੰਮ ਹੀ ਮਾਫ਼ੀ ਦਿਵਾਉਣਾ ਹੈ। ਉਹ ਸਾਡੀ ਆਤਮਾ ਨੂੰ ਭਜਨ ਸਿਮਰਨ ਦੇ ਜ਼ਰੀਏ ਅੰਦਰ ਲਿਜਾਂਦੇ ਹੈ, ਆਖਰੋ ਮਾਲਕ ਦੇ ਅੱਗੇ ਖੜਾ ਕਰਦੇ ਹੈ ਕਿ ਤੇਰਾ ਬਾਲਕ ਹੀ ਭੁੱਲ ਗਿਆ ਸੀਗਾ, ਅੱਗੇ ਵਾਸਤੇ ਇਹ ਮਾਫ਼ੀ ਮੰਗਣ ਵਾਸਤੇ ਆਇਆ ਹੈ, ਉਹਦਾ ਦਰਬਾਰ ਰਹਿਮਤ ਦਾ ਹੈ। ਲੇਕਿਨ ਇੱਥੇ ਅਸੀਂ ਕੀ ਕਰਦੇ ਹਾਂ, ਕਈ ਦਫ਼ਾ ਅਸੀਂ ਬਾਹਰੋਂ ਮਾਫ਼ੀ ਵੀ ਮੰਗ ਲੈਂਦੇ ਹਾਂ ਕਿ ਜੀ ਮਹਾਰਾਜ ਮਾਫ਼ੀ ਦਿਓ। ਹੁਣ ਉਹਨਾਂ ਕੋਲ ਤਾਂ ਮਾਫ਼ੀ ਹੈ, ਲੇਕਿਨ ਅਸੀਂ ਅੰਦਰੋਂ ਨਹੀਂ ਮੰਗੀ, ਉਹੀ ਕਰਮ ਫਿਰ ਕਰਨ ਲੱਗ ਜਾਂਦੇ ਹਾਂ। ਤੋ ਅੰਦਰ ਕਹਿਣ ਦੀ ਜ਼ਰੂਰਤ ਹੀ ਨਹੀਂ, ਗੁਰੂ ਹੀ ਕਹਿੰਦਾ ਕਿ ਹੁਣ ਮਾਫ਼ੀ ਮੰਗਣ ਆਇਆ ਜੀ। ਆਵੇ ਗੁਣ ਛੋੜ ਗੁਣਾ ਕੋ ਤਾਵੋ, ਕਰ ਆਵੇ ਗੁਣ ਪਛਤਾਹੀ ਜੀਓ, ਸਾਰੇ ਆਪ ਸਾਰੇ ਕੀ ਸਾਰ ਨਾ ਜਾਣੇ, ਫਿਰ ਕੀਚ ਬੁੜਾਹੀ ਜੀਓ। ਅਸੀਂ ਜਦੋਂ ਕਰਮ ਕਰਦੇ ਹਾਂ ਅਸੀਂ ਕਹਿੰਦੇ ਕੌਣ ਦੇਖਦਾ ਹੈ, ਪਰਮਾਤਮਾ ਤਾਂ ਕਿਸੇ ਪਾਸੇ ਸੁੱਤਾ ਪਿਆ ਹੈ ਜਾਂ ਉਹ ਹੈ ਹੀ ਨਹੀਂ ਗਾ, ਬੂਹਾ ਪੇੜਿਆ ਕਰਮ ਕਰ ਲਿਆ। ਲੇਕਿਨ ਇਹ ਨਹੀਂ ਪਤਾ ਕਿ ਉਹ ਹਰ ਜਗ੍ਹਾ ਦੇਖਦਾ ਹੈ, ਸਰ ਅਫਸਰ ਕੀ ਸਾਰ ਨਾ ਜਾਣੇ, ਫਿਰ ਕੀਚ ਬੁੜਾਹੀ ਜੀਓ। ਫਿਰ ਉਹ ਚਿੱਕੜ ਦੇ ਵਿੱਚ, ਪਾਪਾਂ ਦੇ ਚਿੱਕੜ ਵਿੱਚ ਫਿਰ ਗਿਰਦੇ ਹੈ। ਲੇਕਿਨ ਕੋਈ ਐਸੀ ਤਾਕਤ ਹੈ, ਗੁਪਤ ਹੱਥ ਹੈ, ਗੁਪਤ ਅੱਖ ਹੈ ਕਿ ਜਿਹੜੀ ਸਾਡੇ ਪੁੰਨ ਵੀ ਲਿਖਦੀ ਹੈ, ਪਾਪ ਵੀ ਲਿਖੀ ਜਾਂਦੀ ਹੈ। ਪਾਪਾਂ ਦਾ ਬਦਲਾ ਕੀ ਹੈ, ਪਾਪਾਂ ਦਾ ਇਨਾਮ ਕੀ ਹੈ ਬਈ? ਤੰਦਰੁਸਤ ਚੰਗੇ ਘਰ ਵਿੱਚ ਆਉਣਾ, ਚੰਗਾ ਦਿਮਾਗ ਹੋਣਾ। ਤੋ ਪਾਪਾਂ ਦੀ ਸਜ਼ਾ ਕੀ ਹੈ? ਅੱਛਾ ਦਿਮਾਗ ਨਾ ਰਹਿਣਾ, ਗਰੀਬ ਘਰ ਵਿੱਚ ਪੈਦਾ ਹੋਣਾ, ਬੁੱਧੀ ਠੀਕ ਨਾ ਹੋਣੀ, ਬਿਮਾਰ ਰਹਿਣਾ, ਇਹ ਪਿਆਰਿਓ ਪਾਪਾਂ ਦੀ ਸਜ਼ਾ ਹੈ। ਹੁਣ ਅਸੀਂ ਇਹ ਸਾਰੀਆਂ ਹੀ ਭੋਗਦੇ ਹਾਂ, ਤਾਂ ਤੇ ਕੋਈ ਹੈ ਤਾਕਤ? ਤੋ ਸੰਤ ਕਹਿੰਦੇ ਆ ਕਿ ਤੁਸੀਂ ਅੱਖਾਂ ਨਾਲ ਦੇਖੋ, ਉਹ ਤਾਕਤ ਤੁਹਾਡੇ ਅੰਦਰ ਵੀ ਹੈ, ਉਹ ਤੁਹਾਡੇ ਅੰਦਰ ਹੀ ਬੈਠੀ ਦੇਖ ਰਹੀ ਹੈ ਵੀ ਤੁਸੀਂ ਕਿੰਨੇ ਕੁ ਮਹਾਤਮਾ ਹੋ, ਕਿੰਨੇ ਕੁ ਤੁਸੀਂ ਚੋਰ ਹੋ, ਕਿੰਨੇ ਕੁ ਭਲੇ ਮਾਣਸ ਹੋ। ਅਸੀਂ ਬਾਹਰ ਧੋਖਾ ਦੇ ਲੈਂਦੇ ਲੋਕਾਂ ਨੂੰ, ਲੇਕਿਨ ਜਿਹੜਾ ਸਾਡੇ ਅੰਦਰ ਬੈਠਾ ਉਹ ਧੋਖਾ ਨਹੀਂ ਖਾਂਦਾ ਗਾ ਜੀ। ਸਾਰੇ ਆਪ ਸਾਰੇ ਕੀ ਸਾਰ ਨਾ ਜਾਣੇ, ਫਿਰ ਕੀਚ ਬੁੜਾਹੀ ਜੀਓ, ਅੰਤਰ ਮੈਲ ਲੋਭ ਬਹੁ ਝੂਠੇ, ਬਾਹਰ ਨਾਵੋ ਕਾਹੀ ਜੀਓ। ਅੰਦਰ ਵਿਸ਼ੇ ਵਿਕਾਰਾਂ ਦੀ ਮੈਲ ਹੈ, ਲੋਭ ਦੀ ਮੈਲ ਹੈ, ਚੁਗਲੀ ਨਿੰਦਿਆ ਦੀ ਮੈਲ ਹੈ, ਇਹਦਾ ਨਹਾਉਣ ਦਾ ਉਪਰਾਲਾ ਕੀ ਕਰਦੇ ਹਾਂ? ਬਾਹਰ ਤੀਰਥਾਂ ਤੇ ਜਾਂਦੇ ਹਾਂ ਕਿ ਸਾਡੀ ਮੈਲ ਲੈ ਜਾਵੇ। ਗੁਰੂ ਨਾਨਕ ਕਹਿੰਦੇ ਆ, ਪਾਪ ਜਾਂ ਤਾਂ ਕਾਮ ਦੇਖਿਆਂ ਕਰਦੇ ਹਾਂ, ਜਾਂ ਕ੍ਰੋਧ ਦੇਖਿਆਂ, ਜਾਂ ਲੋਭ ਮੋਹ ਹੰਕਾਰ ਦੇਖਿਆਂ, ਫਿਰ ਨਹਾ ਕੇ ਤੀਰਥ ਦੇ ਉੱਤੇ ਕਹਿ ਦਿੰਦੇ ਸਾਰੇ ਉਤਰ ਗਏ, ਫਿਰ ਬਸਤੀ ਦੇ ਅੰਦਰ ਆ ਕੇ ਕਮਾਉਂਦੇ ਹੈ। ਪਾਪ ਕਰੇ ਪੰਚਾਂ ਕੇ ਵਸਰੇ, ਤੀਰਥ ਨਹਾਏ ਕਹੇ ਸਭ ਉਤਰੇ, ਫਿਰ ਕਮਾਵੇ ਬੋਰ ਨਸੰਕ, ਜੰਮ ਪਰ ਬਾਅਦ ਖੜੇ ਕਲੰਕ। ਕਤਲ ਕਰਕੇ, ਚੋਰੀ ਕਰਕੇ, ਉਹਨਾਂ ਚ ਕਿਸਾ ਬੰਦਾ ਕਹਿੰਦਾ ਹੈ ਕਿ ਕੋਈ ਪੁਲਿਸ ਨਹੀਂ ਗੀ, ਲੇਕਿਨ ਥੋੜੇ ਚਿਰ ਬਾਅਦ ਉਹ ਪੁਲਿਸ ਦੇ ਹਿਰਾਸਤ ਦੇ ਵਿੱਚ ਆ ਜਾਂਦਾ ਹੈ, ਜੋ ਨਸ਼ਾ ਹੈ ਸਾਰਾ ਹੀ ਉੱਡ ਜਾਂਦਾ ਹੈ। ਇਹ ਬੜਾ ਔਖੀ ਘਾਟੀ ਹੁੰਦੀ ਹੈ ਜਦੋਂ ਹਰ ਇੱਕ ਦਾ
ਧਰਮਰਾਜ ਦੇ ਘਰੇ ਜਾ ਕੇ ਅਸਾਬ ਹੁੰਦਾ ਹੈ, ਬੜੇ ਦੁੱਖਾਂ ਭਰੀ ਘੜੀ ਹੁੰਦੀ ਹੈ। ਜੀਵ ਨੂੰ ਮੌਤ ਦੇ ਬਾਅਦ ਬੜੇ ਹੀ ਖੰਡੇ ਵਰਗੀ ਧਾਰ ਵਰਗੇ ਰਸਤੇ ਤੇ ਚੱਲਣਾ ਪੈਂਦਾ ਹੈ, ਉੱਥੇ ਰੰਗ ਉਤਰ ਜਾਂਦੇ ਹੈ ਜੀ। ਅੰਤਰ ਮੈਲ ਲੋਭ ਬਹੁ ਝੂਠੇ, ਬਾਹਰ ਨਾਵੋ ਕਾਹੀ ਜੀਓ, ਨਿਰਮਲ ਨਾਮ ਜਪੋ ਸਾਧ ਗੁਰਮੁਖ, ਅੰਤਰ ਕੀ ਗਤ ਤਾਹੀ ਜੀਓ। ਸੰਤਾਂ ਦੀ ਬਾਣੀ ਸਿਰਫ ਇਹ ਨਹੀਂ ਕਿ ਸਵਾਲ ਹੈ, ਖੁਦ ਹੀ ਜਵਾਬ ਦਿੰਦੇ ਹੈ। ਉੱਪਰ ਦੱਸਿਆ ਕਿ ਨਾ ਤਾਂ ਬਾਹਰਲਾ ਕੋਈ ਭੇਖ ਧਾਰ ਨਾਲ ਉਹ ਪਰਮਾਤਮਾ ਮਿਲਦਾ ਹੈ, ਨਾ ਬਾਹਰਲੇ ਕੋਈ ਰੀਤੀ ਰਿਵਾਜ ਨਾਲ ਮਿਲਦਾ ਹੈ। ਕੋਈ ਪਾਣੀ ਸਾਡੇ ਪਾਪਾਂ ਦੀ ਮੈਲ ਨਹੀਂ ਲਾ ਸਕਦਾ, ਸਿਰਫ ਜਿਸਮ ਦੀ ਲਾ ਸਕਦਾ ਹੈ। ਹੁਣ ਆਪ ਪਿਆਰ ਨਾਲ ਕਹਿੰਦੇ ਆ, ਨਿਰਮਲ ਨਾਮ ਜਪੋ ਸਤ ਗੁਰਮੁਖ, ਅਗਰ ਇਹ ਤੁਸੀਂ ਆਪਦੇ ਅੰਦਰ ਦੀ ਮੈਲ ਲਾਉਣੀ ਚਾਹੁੰਦੇ ਹੋ ਤਾਂ ਗੁਰਮੁਖਾਂ ਦਾ ਨਾਮ ਨਿਰਮਲ ਹੈ, ਨਾ ਮੈਲ ਰਹਿਣ ਨਹੀਂ ਦਿੰਦਾ ਗਾ, ਬਲਕਿ ਉਹ ਮੈਲ ਨੂੰ ਦੂਰ ਕਰਦਾ ਹੈ। ਤੋ ਆਪ ਕਹਿਣ ਲੱਗੇ ਉਹ ਗੁਰਮੁਖਾਂ ਦਾ ਨਾਮ ਹੈ, ਉਹ ਜਪੋ, ਉਹਦੇ ਨਾਲ ਤੁਹਾਡੀ ਜਿਹੜੀ ਅੰਦਰ ਦੀ ਪਾਪਾਂ ਦੀ ਮੈਲ ਹੈ, ਜੰਮਣ ਮਰਨ ਦੀ ਮੈਲ ਹੈ, ਉਹ ਸਾਰੀ ਨਿਕਲ ਜਾਏਗੀ। ਇਹ ਹੈ ਪਾਪਾਂ ਦੀ ਮੈਲ ਲਾਉਣ ਦਾ ਇਲਾਜ। ਅੱਜ ਤਾਂ ਹੀ ਚਾਹੇ ਸਤਯੁਗ ਹੈ, ਚਾਹੇ ਤ੍ਰੇਤਾ ਹੈ, ਚਾਹੇ ਦੁਆਪਰ ਹੈ, ਹਰ ਯੁੱਗ ਦੇ ਅੰਦਰ ਨਾਮ ਤੋਂ ਹੀ ਮੁਕਤੀ ਮਹਾਤਮਾ ਨੇ ਮੰਨੀ ਹੈ। ਸਤਯੁਗ, ਤ੍ਰੇਤਾ ਜਾਪ ਦੁਆਪੁਰੀ, ਕਲਯੁਗ ਪੂਜਾ ਚਾਰ, ਤੀਨੋ ਯੁਗ ਤੀਨੋ ਦੜ, ਕਲ ਕੇਵਲ ਨਾਮ ਉਧਾਰ ਜੀ। ਨਿਰਮਲ ਨਾਮ ਜਪੋ ਸਾਧ ਗੁਰਮੁਖ, ਅੰਤਰ ਕੀ ਗਤ ਤਾਹੀ ਜੀਓ, ਪਰ ਹਰ ਲੋਭ ਨਿੰਦਾ ਕੂੜ ਤਿਆਗੋ, ਸੱਚ ਗੁਰ ਬਚਨੀ ਫਲ ਪਾਹੀ ਜੀਓ। ਆਪਣੀ ਦਸਾਂ ਨਹਾਂ ਦੀ ਕਿਰਤ ਕਰਕੇ ਆਪਣਾ ਪੇਟ ਪਾਲੋ, ਕਿਸੇ ਦੇ ਧਨ ਤੇ ਅੱਖ ਨਾ ਰੱਖੋ, ਨਿੰਦਿਆ ਕਰਨੀ ਛੱਡ ਦਿਓ, ਝੂਠ ਬੋਲਣਾ ਛੱਡ ਦਿਓ। ਜੋ ਰਸਤਾ ਸੰਤ ਸਤਿਗੁਰੂ ਸਾਨੂੰ ਨਾਮਦਾਨ ਦੇ ਵਕਤ ਦੱਸਦੇ ਆ ਉਸ ਤੇ ਚੱਲੋ ਜੀ। ਪਾਰੇ ਹਾਰੇ ਲੋਭ ਨਿੰਦਾ ਕੂੜ ਤਿਆਗੋ, ਸੱਚ ਗੁਰ ਬਚਨੀ ਫਲ ਪਾਹੀ ਜੀਓ, ਜਿਉਂ ਪਾਵੇ ਤਿਉਂ ਰਾਖੋ ਹਰ ਜੀਓ, ਜਨ ਨਾਨਕ ਸ਼ਬਦ ਸਲਾਹੀ ਜੀਓ। ਇਹਨਾਂ ਕੁਛ ਕਰਕੇ ਵੀ ਸ਼ਬਦ ਨਾਮ ਦੀ ਕਮਾਈ, ਫਿਰ ਵੀ ਕਿੰਨੀ ਨਿਮਰਤਾ ਗੁਰੂਆਂ ਨੇ ਬਿਆਨ ਕੀਤੀ ਹੈ, ਜਿਉਂ ਪਾਵੇ। ਮੈਂ ਸ਼ੁਰੂ 'ਚ ਹੀ ਕਿਹਾ ਸੀਗਾ ਕਿ ਐਸੇ ਗੁਰਮੁਖ ਆਪਣੇ ਗੁਰੂ ਅੱਗੇ ਇਹੀ ਅਰਦਾਸ ਕਰਦੇ ਹੈ ਕਿ ਅਸੀਂ ਅਬੋਧ ਬਾਲਕ ਹੈ, ਅਸੀਂ ਬੇਸਹਾਰਾ ਹੈ, ਤੂੰ ਸਾਨੂੰ ਆਪਦੇ ਦਰ ਤੋਂ ਠੁਕਰਾਈ ਨਾ। ਹੇ ਪਰਮਾਤਮਾ ਕਿਰਪਾਲ, ਤੂੰ ਇਹਦੇ ਹੱਥ 'ਚ ਸਾਡੀ ਲਾਜ ਹੈ, ਤੂੰ ਸਾਡੀ ਲਾਜ ਰੱਖ। ਇਸ ਵਾਸਤੇ ਜਦੋਂ ਸੱਚੇ ਦਿਲੋ ਦੇ ਅੱਗੇ ਫਰਿਆਦ ਕਰਦੇ ਹਾਂ, ਪ੍ਰਾਰਥਨਾ ਕਰਦੇ ਹਾਂ, ਉਹਨੂੰ ਆਪਦੇ ਬਿਰ ਦੀ ਲਾਜ ਹੈ। ਮੈਂ ਸੁਣਿਆ ਹੈ ਕਿ ਤੂੰ ਸਮਰੱਥ ਹੈ, ਤੂੰ ਦੁਖੀਆਂ ਦੇ ਉੱਤੇ ਦਇਆ ਕਰਦਾ ਹੈ, ਤੂੰ ਮੇਰੇ ਜਿੱਡਾ ਦੁਖੀ ਕੌਣ ਹੈ, ਤੂੰ ਮੇਰੇ 'ਤੇ ਦਇਆ ਕਰ। ਸੋ ਇਸ ਵਾਸਤੇ ਗੁਰੂ ਨਾਨਕ ਨੇ ਵੀ ਕਿਹਾ, ਜਿਉਂ ਭਾਵਾ ਤਿਉਂ, ਤੈਨੂੰ ਜਿਸ ਤਰ੍ਹਾਂ ਪਾਉਂਦਾ ਹੈ, ਮੈਨੂੰ ਆਪਣੀ ਸ਼ਰਨ ਵਿੱਚ ਰੱਖ, ਆਪਦੀ ਭਗਤੀ ਵਿੱਚ ਲਾਈ ਰੱਖ। ਸਭ ਕੁਛ ਕਰ ਕਰਾ ਕੇ ਵੀ ਮਹਾਤਮਾ ਨੇ ਦਮ ਨਹੀਂ ਮਾਰਿਆ, ਫਿਰ ਵੀ ਉਹ ਕਹਿੰਦੇ ਹੈ ਕਿ ਸਾਨੂੰ ਤੇਰੇ ਦਰਸ਼ਨਾਂ ਦੀ ਤਾਂਘ ਹੈ, ਤੇਰੇ ਦਰਸ਼ਨਾਂ ਦੇ ਸਹਾਰੇ ਬੈਠੇ ਹੈ ਕਿ ਤੂੰ ਜ਼ਰੂਰ ਦਰਸ਼ਨ ਦੇਵੇਂਗਾ, ਸਾਡਾ ਤੇਰੇ 'ਤੇ ਜ਼ੋਰ ਨਹੀਂ ਗਾ। ਮੈਂ ਇੱਕ ਭਜਨ ਵਿੱਚ ਸ਼ੁਰੂ 'ਚ ਮਹਾਰਾਜ ਕਿਰਪਾਲ ਦੇ ਅੱਗੇ ਬੋਲਿਆ ਸੀ, ਤੇਰੇ ਉੱਤੇ ਗੁਰੂ ਮੇਰਾ ਰਾਈ ਰੱਤੀ ਜ਼ੋਰ ਨਾ, ਤੇਰੇ ਬਾਝ ਦੁਨੀਆਂ 'ਤੇ ਮੇਰਾ ਕੋਈ ਹੋਰ ਨਾ। ਲੇਕਿਨ ਫਿਰ ਵੀ ਉਹਨੇ ਮੇਰਾ ਦਿਲ ਨਹੀਂ ਤੋੜਿਆ ਸੀ, ਉਹ ਕਹਿੰਦਾ ਨਹੀਂ ਇਉਂ ਨਾ ਕਹਿ। ਜਿੱਥੇ ਗੁਰੂ ਸ਼ਿਸ਼ 'ਤੇ ਜ਼ੋਰ ਰੱਖਦਾ ਹੈ,
ਤੇ ਸ਼ਿਸ਼ ਨੂੰ ਵੀ ਆਪਦੇ ਗੁਰੂ ਤੇ ਮਾਣ ਹੋਣਾ ਚਾਹੀਦਾ ਹੈ ਕਿ ਮੇਰਾ ਗੁਰੂ ਪੂਰਾ ਹੈ, ਮੇਰਾ ਗੁਰੂ ਰਹਿਮ ਦਾ ਸਮੁੰਦਰ ਹੈ, ਮੇਰਾ ਗੁਰੂ ਦਇਆ ਕਰਨ ਵਾਲਾ ਹੈ ਤੇ ਭੁੱਖੇ ਨੂੰ ਰੋਜੀ ਦਿੰਦਾ ਹੈ, ਇਹ ਗਰੀਬ ਨਵਾਜ਼ ਹੈ ਤੇ ਮੈਨੂੰ ਜ਼ਰੂਰ ਦਰਸ਼ਨ ਦੇਵੇਗਾ। ਸੋ ਇਸ ਵਾਸਤੇ ਗੁਰੂ ਨਾਨਕ ਨੇ ਆਖਰ ਆ ਕੇ ਸਾਨੂੰ ਪਿਆਰ ਨਾਲ ਕਿਹਾ ਕਿ ਤੈਨੂੰ ਜਿਸ ਤਰ੍ਹਾਂ ਪਾਵੇ ਤੂੰ ਮੈਨੂੰ ਉਸ ਤਰ੍ਹਾਂ ਰੱਖ ਲੈ, ਤੇਰੀ ਮਰਜ਼ੀ ਹੈ ਕਾ ਖੁਦਾ, ਤੇਰੀ ਮਰਜ਼ੀ ਹੈ ਰਾਜ ਕਰਾਂ, ਮੇਰਾ ਇਹਦੇ ਵਿੱਚ ਕੀ ਹੈ, ਅਗਰ ਔਖਾ ਹੈ ਤਾਂ ਵੀ ਤੇਰਾ ਹੀ ਚੇਲਾ ਹੈ, ਸੌਖਾ ਹੈ ਤਾਂ ਵੀ ਤੇਰਾ ਹੀ ਚੇਲਾ ਹੈ। ਸੋ ਸਾਨੂੰ ਵੀ ਚਾਹੀਦਾ ਹੈ ਜਿਸ ਤਰ੍ਹਾਂ ਗੁਰੂ ਨਾਨਕ ਨੇ ਕਿਹਾ ਹੈ, ਅਸੀਂ ਵੀ ਆਪਣੇ ਗੁਰੂ ਦੇਵ ਤੇ ਉਹ ਪਿਆਰੇ ਤੇ ਜਿਹਨੇ ਸਾਡੇ ਤੇ ਰਹਿਮ ਕੀਤਾ ਹੈ ਉਸ ਤੇ ਭਰੋਸਾ ਲਿਆਈਏ, ਉਹਦੇ ਦਿੱਤਾ ਹੋਇਆ ਨਾਮ ਜਪੀਏ, ਇਹੀ ਅਰਦਾਸ ਕਰੀਏ ਕਿ ਤੂੰ ਸਾਨੂੰ ਆਪਦੇ ਚਰਨਾਂ ਵਿੱਚ ਜਗ੍ਹਾ ਦੇ, ਆਪਦੇ ਚਰਨਾਂ ਵਿੱਚ ਸਾਨੂੰ ਲਾਈ ਰੱਖ, ਦੁਨੀਆਂ ਵਿਸਰ ਜਾਵੇ ਪਰ ਤੇਰੇ ਚਰਨ ਵਿਸਰਨ। ਸੋ ਸਾਨੂੰ ਵੀ ਚਾਹੀਦਾ ਕਿ ਆਪਦਾ ਜੀਵਨ ਹੈ ਜਿਹੜਾ ਇਹ ਸਫਲ ਬਣਾਈਏ।